ਖਾਣ ਲਈ ਜਿਆਦਾ ਵਧੀਆ ਹੋਣੀ ਚਾਹੀਦੀ ਆ ਚੀਜ਼ ਵੀ ਜਿਹੜੀ ਦੇਖਣ ਨੂੰ ਸੋਹਣੀ ਲੱਗ ਰਹੀ ਆ ਤੇ ਉਹ ਜੇ ਤੁਹਾਡੇ ਸਰੀਰ ਲਈ ਨਹੀਂ ਸਹੀ ਹੈਗੀ ਤਾਂ ਉਹਨੂੰ ਖਾਣ ਦਾ ਵੀ ਕੋਈ ਫਾਇਦਾ ਨਹੀਂ ਹੈਗਾ ਨਾ ਆਪਾਂ ਨੂੰ ਲੱਗਿਆ ਵੀ ਕੁੱਕਰੇ ਤਾਂ ਕੰਮ ਹੀ ਬਹੁਤ ਸਖਾਲਾ ਕਰਦਾ ਨਾਲੇ ਅੰਨ ਨਾਲੇ ਆਪਾਂ ਲੱਗਦਾ ਕਿ ਧੂਆਂ ਨਹੀਂ ਕੋਈ ਗੰਦ ਨਹੀਂ ਪੈਂਦਾ ਉਸੇ ਮਾਨਸਿਕ ਸਿਹਤ ਨਾਲ ਬਾਰੇ ਗੱਲਾਂ ਆਪਾਂ ਕਹਿੰਦੇ ਨੇ ਕਿ YouTube ਤੇ ਜਾ ਕੇ ਚੜਦੀ ਕਲਾ ਵਾਲੀਆਂ ਚੀਜ਼ਾਂ ਦੇਖੋ ਜਾਂ ਚੰਗੀਆਂ ਫਿਲਮਾਂ ਦੇਖੋ ਹਨਾ ਤੇ ਉਹ ਸਾਰੀਆਂ ਚੀਜ਼ਾਂ ਦੇਖਦੇ ਵਕਤ ਅਸੀਂ ਖਾ ਕੀ ਰਹੇ ਹੁੰਨੇ ਆ ਹਮੇਸ਼ਾ ਜੰਕ ਫੂਡ ਜਿੰਨੀ ਦੇਰ ਤੱਕ ਸਾਡੇ ਕੰਨੀ ਹੱਥ ਨਹੀਂ ਲੱਗਦੇ ਹੈਗੇ ਉਨੀ ਦੇਰ ਤੱਕ ਆਪਾਂ ਆਪਣੀ ਜ਼ਿੰਦਗੀ ਦਾ ਰਹਿਣ ਸਣ ਤੇ ਖਾਣ ਪੀਣ ਦਾ ਢੰਗ ਨਹੀਂ ਵਰਤਦੇ ਹਨ ਅਸੀਂ ਆਪਦੀ ਸਹੂਲਤ ਦੇ ਲਈ ਆਪਦੇ ਸਰੀਰ ਨੂੰ ਇੰਨਾ ਕੁਝ ਗਲਤਮਤ ਖਿਲਾ ਰਹੇ ਆ ਹੈਲਦੀ ਚੀਜ਼ਾਂ ਨੂੰ ਵੀ ਅਸੀਂ ਗਲਤ ਤਰੀਕੇ ਨਾਲ ਜ ਗਲਤ ਢੰਗ ਨਾਲ ਬਣਾ ਕੇ ਖਵਾ ਰਹੇ ਹਾਂ ਨਾ ਮਤਲਬ ਮਾਨਸਿਕ ਸਿਹਤ ਨੂੰ ਚੰਗੀ ਕਰਨ ਦੇ ਨਾਲ ਨਾਲ ਅਸੀਂ ਜਦ ਹੀ ਬਾਡੀ ਨੂੰ ਸਭ ਕੁਝ ਐਵੇਂ ਜਿਹਾ ਦੇ ਦਿੰਨੇ ਆ ਕਿ ਜਿਹੜਾ ਉਹਦੇ ਲਈ ਲਾਜ਼ਮੀ ਨਹੀਂ ਹੈਗਾ ਨਾ ਇਹ ਆਪਾਂ ਨੂੰ ਐ ਹੁੰਦਾ ਕਿ 250 ਰੁਪਏ ਦਾ ਰੈਸਪੀ ਤੋਂ ਵੱਡ ਲਿਆ ਹੋਊਗਾ ਨਾ ਵੀ ਉਹ ਖਾ ਲਉ ਤੇ ਕਿਹੜਾ ਘਰੇ ਮੱਥਾ ਮਾਰੂਗਾ ਨਾ ਪਰ ਇਹ ਗਲਤੀਆਂ ਨੇ ਸਾਡੀਆਂ ਨਾ ਉਹ ਉਹਨਾਂ ਨੇ ਸਾਰੇ ਸਰਬਲੋਹ ਦੇ ਭਾਂਡੇ ਲੈ ਕੇ ਆਂਦੇ ਕਿ ਦਾਲ ਸਬਜ਼ੀ ਜਿਹੜੀ ਬਣਨੇ ਚਾਹੀ ਕਾਲੀ ਹੈ ਕਿ ਨਾ ਕੋਈ ਵੀ ਖਾਵੇ ਕੋਈ ਨਾ ਖਾਵੇ ਪਰ ਕਿ ਟੁਕ ਟੁਕ ਇੰਨੀ ਤਸੱਲੀ ਹੁੰਦੀ ਆ ਵੀ ਤੁਸੀਂ ਕੋਈ ਚੱਜ ਦੀ ਚੀਜ਼ ਖਾਦੀ ਆ ਹਨਾ ਹਾਰੇ ਜਾਂ ਪਤੀਲੇ ਚ ਖੁੱਲੀ ਦਾਲ ਸਬਜ਼ੀ ਬਣਾਉਣੇ ਉਹਦੇ ਚ 98% ਨਿਊਟ੍ਰੀਸ਼ਨ ਬਚਿਆ ਰਹਿ ਜਾਂਦਾ ਆ ਤੇ ਉਹੀ ਜਿਹੜੀ ਕੁੱਕਰ ਚ ਤੁਸੀਂ ਰਾਜਮਾਂ ਨੇ ਦਾਲ ਬਣਾਉਣੇ ਉਹ ਚ ਸਿਰਫ 2% ਰਹਿ ਜਾਂਦਾ ਆ ਪੜ੍ਹ ਲਿਖ ਕੇ ਵੀ ਜਾਂ ਕਈ ਵਾਰੀ ਬਹੁਤਿਆਂ ਨਵੀਆਂ ਚੀਜ਼ਾਂ ਦੇ ਪ੍ਰਭਾਵ ਹੇਠ ਆ ਕੇ ਅੱਪ ਬਹੁਤ ਜ਼ਿਆਦਾ ਗਲਤੀਆਂ ਕਰ ਜਾਂਦੇ ਆ ਜਿਹੜੀ ਕਿ ਆਪਣੇ ਲਈ ਸਰੀਰਕ ਤੇ ਮਾਨਸਿਕ ਤੌਰ ਤੇ ਦੋਵਾਂ ਲਈ ਠੀਕ ਨਹੀਂ ਹੁੰਦੀਆਂ ਬਹੁਤ ਸਾਰੇ ਘਰਾਂ 'ਚ ਹੁਣ ਗੁੜ ਦੀ ਬਜਾਏ ਬ੍ਰਾਊਨ 슈ਗਰ ਆ ਗਈ ਹੈ ਹੈ ਨਾ ਜਿਹੜੀ ਕਿ ਕਿੰਨੀ ਮਹਿੰਗੀ ਪੈਂਦੀ ਆ ਸਾਨੂੰ ਇਹ ਵੀ ਨਹੀਂ ਪਤਾ ਕਿ ਉਹਦਾ ਕੋਈ ਸੱਚੀ ਫਾਇਦਾ ਹੈ ਜਾਂ ਨਹੀਂ ਕਿਸੇ ਨੇ ਲਿਖਿਆ ਹੋਇਆ ਸੀ ਮੈਨੂੰ ਹੁਣ ਯਾਦ ਨਹੀਂ ਕਿ ਕਿੰਨੇ ਉਹ ਕਹਿੰਦੇ ਵੀ 40 ਸਾਲ ਤੱਕ ਬੰਦਾ ਪੈਸਾ ਕਮਾਉਂਦਾ ਹੈ ਨਾ ਤੇ ਸਿਹਤ ਤੇ ਧਿਆਨ ਨਹੀਂ ਦਿੰਦਾ 40 ਸਾਲ ਤੋਂ ਬਾਅਦ ਕਮਾਏ ਹੋਏ ਪੈਸੇ ਨੂੰ ਫਿਰ ਉਸੇ ਸਿਹਤ ਤੇ ਲਾਉਣ ਲੱਗ ਜਾਂਦਾ ਵੀ ਇਹ ਤਾਂ ਫਿਰ ਕੋਈ ਜ਼ਿੰਦਗੀ ਜਿਉਣ ਦਾ ਢੰਗ ਨਹੀਂ ਸਤਿ ਸ਼੍ਰੀ ਅਕਾਲ ਮੈਂ ਰੁਪਿੰਦਰ ਕੌਰ ਸੰਧੂ ਪ੍ਰੋਗਰਾਮ ਗੱਲ ਤੇ ਗੱਲ ਚ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਕਹਿੰਦੇ ਆ ਆਪਾਂ ਹਮੇਸ਼ਾ ਮਾਨਸਿਕ ਸਿਹਤ ਤੇ ਸਰੀਰਕ ਸਿਹਤ ਤੇ ਬਹੁਤ ਜ਼ਿਆਦਾ ਗੱਲਬਾਤ ਕਰਦੇ ਆ ਜੇ ਦੋਨਾਂ ਦਾ ਤਾਲਮੇਲ ਚੰਗਾ ਹੋਵੇ ਦੋਨੋਂ ਤੰਦਰੁਸਤ ਹੋਣ ਤਦ ਹੀ ਅਸੀਂ ਸੋਹਣੀ ਜ਼ਿੰਦਗੀ ਜਿਉਣ ਸਕਦੇ ਆ ਪਰ ਦੋਨੇ ਚੀਜ਼ਾਂ ਮੈਨੂੰ ਲੱਗਦਾ ਸਾਡੇ ਆਪਣੇ ਹੱਥ 'ਚ ਹੁੰਦੀਆਂ ਨੇ ਕਈ ਵਾਰੀ ਅਸੀਂ ਇੰਨੇ ਜ਼ਿਆਦਾ ਨਿਰਾਸ਼ ਹੋ ਜਾਂਦੇ ਆ ਕਿ ਅਸੀਂ ਆਪਣੀ ਮਾਨਸਿਕ ਸਿਹਤ ਨੂੰ ਆਪ ਹੀ ਖਰਾਬ ਕਰ ਲੈਂਦੇ ਆ ਤੇ ਉਦਾਂ ਹੀ ਸਰੀਰ ਨੂੰ ਵੀ ਅਸੀਂ ਬਹੁਤ ਕੁਝ ਇਹੋ ਜਿਹਾ ਦੇਣਾ ਸ਼ੁਰੂ ਕਰ ਦਿੰਨੇ ਆ ਜਿਹੜਾ ਕਿ ਸਾਨੂੰ ਖੁਦ ਨੂੰ ਨਹੀਂ ਪਤਾ ਹੁੰਦਾ ਕਿ ਉਹਦੇ ਲਈ ਚੰਗਾ ਏ ਜਾਂ ਮਾੜਾ ਏ ਤੇ ਉਹ ਹੁੰਦੀ ਆ ਸਾਡੀ ਖਾਾਕ ਆਪਾਂ ਨੇ ਬਹੁਤ ਸਾਰੀਆਂ ਇੰਟਰਵਿਊਜ਼ ਕੀਤੀਆਂ ਨੇ ਡਾਕਟਰ ਅਮਰਵੀਰ ਹੁਣਾ ਨਾਲ ਉਹਨਾਂ ਨੇ ਇੱਕ ਗੱਲ ਬੜੇ ਹਾਸੇ-ਹਾਸੇ ਚ ਕਹੀ ਸੀ ਕਿ ਅੱਜ ਕੱਲ 80 ਸਾਲ ਦਾ ਬੰਦਾ ਵੀ ਆ ਕੇ ਪੁੱਛਦਾ ਕਿ ਮੈਨੂੰ ਕੀ ਖਾਣਾ ਚਾਹੀਦਾ ਤੇ ਕੀ ਨਹੀਂ ਖਾਣਾ ਚਾਹੀਦਾ ਜਿਹੜਾ ਕਿ ਕਹਿੰਦੇ ਸਾਨੂੰ ਸਕੂਲਾਂ 'ਚ ਹੀ ਪੜਾਇਆ ਜਾਣਾ ਚਾਹੀਦਾ ਕਿ ਸਾਨੂੰ ਆਪਣੇ ਸਰੀਰ ਨੂੰ ਤੰਦਰੁਸਤ ਰੱਖਣ ਲਈ ਕੀ ਖਾਣਾ ਚਾਹੀਦਾ ਹੈ ਤੇ ਇਸੇ ਵਿਸ਼ੇ ਤੇ ਅੱਪਾ ਅੱਜ ਗੱਲਬਾਤ ਕਰਾਂਗੇ ਕਿ ਕਿਵੇਂ ਸਾਡੀਆਂ ਜਿਹੜੀਆਂ ਪ੍ਰਾਤਨ ਖੁਰਾਕਾਂ ਸੀ ਉਹਨਾਂ ਨੂੰ ਅਸੀਂ ਨਵੇਂ ਢੰਗ ਨਾਲ ਇਸ ਤਰੀਕੇ ਨਾਲ ਬਦਲ ਲਿਆ ਕਿ ਅੱਜ ਅਸੀਂ ਉਹਨਾਂ ਨੂੰ ਖਾਤਾ ਰਹੇ ਹਾਂ ਪਰ ਉਹਨਾਂ 'ਚ ਜਾਨ ਨਹੀਂ ਰਹੀ ਤੇ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਹਮੇਸ਼ਾ ਦੀ ਤਰ੍ਹਾਂ ਮੇਰੇ ਨਾਲ ਗੁਰਦੀਪ ਗਰੇਵਾਲ ਹੋਣਗੇ ਉਹਨਾਂ ਨੂੰ ਜੀ ਆਇਆਂ ਕਹਿੰਦੇ ਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪਣੀ ਕਿੱਦਾਂ ਵਧੀਆ ਤੁਸੀਂ ਅੱਜ ਕਿਵੇਂ ਕਾਲੇ ਕਾਲੇ ਹੋਏ ਬੈਠੇ ਇਹਨੇ ਮੈਨੂੰ ਆਪਣੀ ਸੂਟ ਗਿਫਟ ਕੀਤਾ ਸੀ ਆਪਣੇ ਅਫਰੀਨ ਬੁਟੀਕ ਵਾਲਿਆਂ ਨੇ ਹੂੰ ਤੇ ਇਹ ਉਦੋਂ ਆਪਣੀ ਫਿਲਮ ਦੀ ਸਕਰੀਨਿੰਗ ਸੀ ਉਹਦੇ ਲਈ ਉਹਨਾਂ ਨੇ ਭੇਜਿਆ ਸੀ ਮੈਂ ਕਿਹਾ ਚਲੋ ਅੱਜ ਪਾ ਜਾਂਦੇ ਹਾਂ ਤੁਹਾਨੂੰ ਇਹ ਨਹੀਂ ਲੱਗਿਆ ਕਿ ਮੈਂ ਸ਼ੁਰੂ ਕਰਨ ਦੇ ਚੱਕਰ ਚ ਰੀਲ ਹੀ ਪਾਤੀ ਨਹੀਂ ਠੀਕ ਸੀਗਾ ਪਰ ਸੱਚੀ ਗੱਲ ਇਹੀ ਆ ਤੇ ਵੀ ਕਈ ਵਾਰੀ ਨਾ ਆਪਾਂ ਕਹਿੰਦੇ ਆ ਕਿ ਮੈਂ ਤਾਂ ਬਾਹਰਲਾ ਵੀ ਨਹੀਂ ਖਾਂਦਾ ਹੈਗਾ ਕਦੇ ਜਾਂ ਅਸੀਂ ਬਹੁਤ ਕਦੇ ਕਦਾਈ ਖਾਂਦੇ ਆ ਤੇ ਹਮੇਸ਼ਾ ਸੀ ਘਰੇ ਖਾਂਦੇ ਆ ਤੇ ਘਰੇ ਵੀ ਅਸੀਂ ਮਤਲਬ ਵਧੀਆ ਦਾਲ ਸਬਜ਼ੀ ਹਰ ਤਰ੍ਹਾਂ ਦੀ ਕੋਈ ਇਦਾਂ ਦੀ ਹੈ ਹੀ ਨਹੀਂ ਜਿਹੜੀ ਮੈਂ ਨਹੀਂ ਖਾਂਦਾ ਜਾਂ ਖਾਂਦੀ ਹੈ ਨਾ ਵੀ ਫਿਰ ਵੀ ਮੈਂ ਬਿਮਾਰ ਹੋ ਜਾਂਦੀ ਆ ਜਾਂ ਫਿਰ ਵੀ ਬੱਚੇ ਨੇ ਜਿਹੜੇ ਬਿਮਾਰ ਕਿਉਂ ਹੋ ਜਾਂਦੇ ਨੇ ਪਰ ਉੱਥੇ ਮੈਨੂੰ ਲੱਗਦਾ ਹੁੰਦਾ ਕਿ ਖਾਣਾ ਬਣਾਉਣ ਦਾ ਢੰਗ ਵੀ ਬੜਾ ਮਾਇਨੇ ਰੱਖਦਾ ਜਿਹੜੀ ਆਪਾਂ ਗੱਲ ਕਦੇ ਵੀ ਨਹੀਂ ਸੋਚਦੇ ਜਿਵੇਂ ਕੱਲ ਅਸੀਂ ਆਪਣੇ ਨਾਨਕੇ ਗਏ ਸੀਗੇ ਤਾਂ ਉੱਥੇ ਮੇਰੇ ਭਾਬੀ ਨੇ ਸਰ ਬਲੋ ਦੇ ਭਾਂਡੇ 'ਚ ਦਾਲ ਸਬਜ਼ੀ ਬਣਾਉਂਦੇ ਨੇ ਤੇ ਉਹ ਹੱਸ ਕੇ ਕਹਿੰਦੇ ਵੀ ਅੱਜ ਵੀ ਮੰਮੀ ਨੇ ਵੀ ਮੇਰੇ ਮੰਮੀ ਨੇ ਕਹਿ ਕਹਿ ਕੇ ਉਹ ਤੋਂ ਦੂਜਾ ਪਦੀਲਾ ਕਢਾਇਆ ਕਹਿੰਦੇ ਅਮਨ ਇਹ ਤਾਂ ਦੇਖਣ ਨੂੰ ਹੀ ਨਹੀਂ ਸੋਹਣੀ ਲੱਗਦੀ ਕਿਉਂਕਿ ਉਹ ਥੋੜੀ ਜਿਹੀ ਕਾਲੀ ਹੋ ਜਾਂਦੀ ਆ ਹਨਾ ਦਾਲ ਸਬ지 ਤੇ ਫਿਰ ਅਸੀਂ ਮੰਮੀ ਨੂੰ ਸਮਝਾਇਆ ਵੀ ਮੰਮੀ ਸگە ਤੇ ਦੇਖਣ ਨਾਲੋਂ ਖਾਣ ਲਈ ਜ਼ਿਆਦਾ ਵਧੀਆ ਹੋਣੀ ਚਾਹੀਦੀ ਆ ਚੀਜ਼ ਵੀ ਜਿਹੜੀ ਦੇਖਣ ਨੂੰ ਸੋਹਣੀ ਲੱਗ ਰਹੀ ਆ ਤੇ ਉਹ ਜੇ ਤੁਹਾਡੇ ਸਰੀਰ ਲਈ ਨਹੀਂ ਸਹੀ ਹੈਗੀ ਤਾਂ ਉਹਨੂੰ ਖਾਣ ਦਾ ਵੀ ਕੋਈ ਫਾਇਦਾ ਨਹੀਂ ਹੈਗਾ ਹਨਾ ਸੋ ਪਿੰਲਾ ਦੇ ਕੇ ਆਪਾਂ ਕੱਲ ਸੀ ਇਹ ਵੀ ਗੱਲ ਕਰਦੇ ਸੀਗੇ ਜਿਵੇਂ ਪੁਰਾਣੀਆਂ ਕੁਝ ਕੁਰਸੀਆਂ ਪਈਆਂ ਸੀਗੀਆਂ ਉੱਥੇ ਤਬੀਰਾ ਕਹਿ ਰਿਹਾ ਸੀ ਵੀ ਇਹਦੇ ਸਾਹਮਣੇ 20000 ਵਾਲੀ ਕੁਰਸੀ ਲਿਆ ਕੇ ਧਰ ਦੋ ਵੀ ਇੰਨੇ ਆਰਾਮਦਾਇਕ ਕੁਰਸੀ ਨਹੀਂ ਅੱਜ ਤੱਕ ਕੋਈ ਬਣੀ ਵੀ ਜਿੰਨੇ ਇਹ ਆ ਵੀ ਇਹ ਆਪਾਂ ਘਰਾਂ ਚੋਂ ਕੱਢ-ਕੱਢ ਸਿੱਟਤੀ ਮੈਂ ਕਿਹਾ ਵੀ ਅਸਲ 'ਚ ਨਾ ਜਦੋਂ ਨਵੀਆਂ-ਨਵੀਆਂ ਚੀਜ਼ਾਂ ਆਈਆਂ ਸੀਗੀਆਂ ਤਾਂ ਆਪਾਂ ਨੂੰ ਬੜਾ ਵਧੀਆ ਲੱਗਿਆ ਵੀ ਲੋਕਾਂ ਨੇ ਉਹ ਪੁਰਾਣੀਆਂ ਚੀਜ਼ਾਂ ਕੱਢ-ਕੱਢ ਸਿੱਟਤੀਆਂ ਵੀ ਜਿਵੇਂ ਅੱਗੇ ਹਰ ਘਰ ਦੇ ਵਿੱਚ ਚੁੱਲ੍ਹਾ ਹਾਰਾ ਹਨਾ ਇਹ ਹਰ ਇੱਕ ਚੀਜ਼ਾਂ ਹੁੰਦੀਆਂ ਸੀਗੀਆਂ ਤੇ ਉਹਦੇ ਚੋ ਸਵੇਰੇ ਤੋਂ ਦਾਲ ਰਿਜਣੀ ਧਰ ਦਿੰਦੇ ਸੀ ਜੇ ਦਾਲ ਸਬਜ਼ੀ ਜਾਂ ਦੁੱਧ ਕੱਢਦਾ ਹੁੰਦਾ ਸੀਗਾ ਹਨਾ ਆਪਾਂ ਨੂੰ ਲੱਗਿਆ ਵੀ ਕੁੱਕਰੇ ਤਾਂ ਕੰਮ ਹੀ ਬਹੁਤ ਸਕਰ ਕਰਦਾ ਨਾਲੇ ਅੰਨਾਂ ਵਾਲੇ ਆਪਾਂ ਲੱਗਾ ਕਿ ਧੂਆਂ ਨਹੀਂ ਕੋਈ ਗੰਦ ਨਹੀਂ ਪੈਂਦਾ ਹਾਂ ਵੀ ਜਿਹੜਾ ਅੱਧਾ ਦਿਨ ਲਾ ਕੇ ਦਾਲ ਬਣਦੀ ਹੈ ਤੇ 15 ਮਿੰਟਾਂ ਚ ਬਣ ਜਾਣੀ ਆ ਦਾਲ ਮੈਂ ਕਿਹਾ ਉਹ ਚੀਜ਼ਾਂ ਆਪਾਂ ਨੂੰ ਜਦੋਂ ਨਵੀਆਂ ਨਵੀਆਂ ਆਈਆਂ ਤਾਂ ਆਪਾਂ ਨੂੰ ਬੜੀਆਂ ਵਧੀਆ ਲੱਗੀਆਂ ਉਹਨਾਂ ਨੇ ਆਪਾਂ ਨੂੰ ਖਿੱਚਿਆ ਵੀ ਆਪਾਂ ਇਹ ਨਹੀਂ ਕਹਿੰਦੇ ਕਿ ਆਪਾਂ ਨਹੀਂ ਪ੍ਰਭਾਵਿਤ ਹੋਏ ਆਪਾਂ ਬਹੁਤੇ ਲੋਕਾਂ ਨੇ ਘਰਾਂ ਚੋਂ ਮੰਜੇ ਤੱਕ ਵੀ ਕੱਢ ਕੇ ਬਾਹਰ ਮਾਰੇ ਵੀ ਹਨ ਹਰ ਸਾਲ ਹੀ ਬਣੁੰਦਾ ਝੰਜਟ ਆ ਜਾਂ ਕੁਝ ਵੀ ਆ ਡਾਉਣ ਦਾ ਝੰਜਟਾ ਵੀ ਬੈੱਡ ਲਿਆਓ ਬਿਸ਼ਾਓ ਇੱਕ ਵਾਰੀ ਕੰਮ ਖਤਮ ਸਹੀ ਗੱਲ ਹੈ ਸੋ ਇਸ ਤਰੀਕੇ ਨਾਲ ਆਪਾਂ ਉਹ ਨਹੀਂ ਵੀ ਜਿਹੜਾ ਬਦਲਾ ਆਇਆ ਸੀਗਾ ਸਾਡੀਆਂ ਸਾਰੀਆਂ ਚੀਜ਼ਾਂ ਤੇ ਬਹੁਤ ਜ਼ਿਆਦਾ ਭਾਰੂ ਹੋਇਆ ਸਾਡੇ ਖਾਣ ਪੀਣ ਤੇ ਸਾਡੇ ਕੱਪੜੇ ਪਹਿਨਣ ਤੇ ਜਾਂ ਸਾਡੇ ਘਰਾਂ ਦੇ ਫਰਨੀਚਰ ਤੱਕ ਵੀ ਆਪਾਂ ਬਦਲਤੇ ਹੁਣ ਜਿਵੇਂ ਪਲਾਸਟਿਕ ਦੀ ਜਿਹੜੀ ਕੁਰਸੀ ਆ ਉਹਦੇ ਤੇ ਤੁਸੀਂ ਵੱਧ ਤੋਂ ਵੱਧ ਘੰਟਾ ਬੈਠ ਸਕਦੇ ਹੋ ਹਨਾ ਤੁਸੀਂ ਉਹਦੇ ਤੇ ਸਾਰਾ ਦਿਨ ਨਹੀਂ ਬੈਠ ਸਕਦੇ ਤੁਹਾਨੂੰ ਯਾਦ ਆਪਣੇ ਕਰੇ ਨਾ ਲੱਕੜ ਦੀਆਂ ਨੀਵੇਂ ਨੀਵੇਂ ਕੁਰਸੀਆਂ ਜਾਂਦੀਆਂ ਉਹ ਤਾਰ ਬੈਂਟ 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 ਨੇ ਤਾਰਾਂ ਨਾਲ ਬੁਣੀਆਂ ਹੋਈਆਂ ਸੋ ਉਹ ਕੁਰਸੀਆਂ ਦੀ ਸੀ ਗੱਲ ਕਰਦੇ ਸੀ ਉੱਥੇ ਪਈਆਂ ਸੀਗੀਆਂ ਵੀ ਉਹ ਇੰਨੇ ਆਕ ਆਰਾਮਦਾਇਕ ਕੁਰਸੀਆਂ ਸੀਗੇ ਹੁਣ ਕਹਿੰਦੇ ਵੀ ਪਹਿਲਾਂ ਮਿਸਤਰੀ ਵੀ ਵਧੀਆ ਹੁੰਦੇ ਸੀ ਵੀ ਉਹ ਜਿਹੜਾ ਘਰ ਬਣਾਉਂਦੇ ਸੀਗੇ ਉਹ ਤੁਹਾਡੀ ਸਹੂਲਤ ਦੇ ਲਈ ਘਰ ਬਣਾਉਂਦੇ ਹੁੰਦੇ ਸੀਗੇ ਉਹ ਐ ਨਹੀਂ ਸੀ ਬਣਾਉਂਦੇ ਵੀ ਬਾਹਰੋਂ ਦੇਖ ਕੇ ਬੰਦਾ ਇਹ ਕਹਿ ਦੇਵੇ ਵੀ ਯਾਰ ਕਰ ਤਾਂ ਇਹਨਾਂ ਨੇ ਬਣਾਇਆ ਉਹ ਐ ਨਹੀਂ ਸੀ ਘਰ ਬਣਾਉਨੇ ਹੁੰਦੇ ਵੀਰਾ ਕਹਿੰਦਾ ਉਹ ਕਹਿੰਦੇ ਹੁੰਦੇ ਸੀਗੇ ਵੀ ਇੱਥੇ ਰਹਿਣ ਚ ਜਾਂ ਬੈਠਣ ਲੱਗਿਆ ਬੰਦੇ ਦਾ ਪੋਸਚਰ ਕੀ ਹੋਣਾ ਚਾਹੀਦਾ ਵੀ ਓਨੀ ਕੀ ਹਾਈਟ ਕੁਰਸੀ ਨੂੰ ਦਿੰਦੇ ਹੁੰਦੇ ਸੀ ਵੀ ਤਾਂ ਕਿ ਆਰਾਮਦਾਇਕ ਤਰੀਕੇ ਨਾਲ ਬੈਠ ਸਕੇ ਹਨਾ ਜਿਵੇਂ ਹੁਣ ਆ ਆਪ ਵੀ ਕੁਰਸੀਆਂ ਤੇ ਆਪਾਂ ਬੈਠੇ ਆ ਇਹਨਾਂ ਤੇ ਆਪਾਂ ਪ੍ਰੋਗਰਾਮ ਕਰਨੇ ਕਿ ਕਦੇ ਮੁੜ ਕੇ ਨਹੀਂ ਬੰਦੇ ਹੈਗੇ ਨਾ ਕਿਉਂਕਿ ਇਹ ਨਹੀਂ ਆਰਾਮਦਾਇਕ ਨਹੀਂ ਆ ਸੋ ਅੱਗੇ ਜ਼ਿੰਦਗੀ ਜਿਹੜੀ ਹੁੰਦੀ ਸੀ ਉਹ ਰਾਮਦਾਇਕ ਹਾਂ ਹੀ ਹੋ ਸਕਦਾ ਹੈ ਕਿ ਹਾਂਜੀ ਤੁਹਾਨੂੰ ਥੋੜਾ ਢਾਂਸ ਜ਼ਿਆਦਾ ਕਰਨਾ ਪੈਂਦਾ ਸੀ ਪਰ ਉਹ ਜਿਹੜੀ ਤੁਹਾਡੀ ਮਿਹਨਤ ਸੀ ਉਹਦਾ ਫਲ ਤੁਹਾਨੂੰ ਮਿਲਦਾ ਸੀਗਾ ਤੰਦਰੁਸਤ ਸਿਹਤ ਦੇ ਰੂਪ ਚ ਤੇ ਹੁਣ ਆਪਾਂ ਮਤਲਬ ਉਹ ਨਵੀਆਂ ਨਵੀਆਂ ਚੀਜ਼ਾਂ ਨੇ ਸਾਨੂੰ ਇੰਨਾ ਅਟਰੈਕਟ ਕੀਤਾ ਤੇ ਜਿਵੇਂ ਆਪਾਂ ਕਹਿੰਦੇ ਹੁਣ ਮੱਛੀ ਪੱਥਰ ਚਟਕੇ ਮੁੜੀ ਆ ਤਾਂ ਹੁਣ ਆਪਾਂ ਮੁੜ ਰਹੇ ਆ ਹੁਣ ਆਪਣਾ ਉਹ ਹਾਲ ਹੋਇਆ ਹੋਇਆ ਸਹੀ ਗੱਲ ਜਦੋਂ ਤੁਸੀਂ ਗੱਲ ਕਰਦੇ ਸੀ ਗ੍ਰਦੀਪ ਮੇਰੇ ਦਿਮਾਗ ਚ ਇੱਕ ਚੀਜ਼ ਆਉਂਦੀ ਸੀ ਕਿ ਆਪਾਂ ਕਿੰਨੇ ਐਪੀਸੋਡ ਕੀਤੇ ਮਾਨਸਿਕ ਸਿਹਤ ਤੇ ਹਨਾ ਕਿ ਵੀ ਆਪਾਂ ਕਹਿੰਦੇ ਜਦੋਂ ਸਰੀਰ ਤੇ ਛੱਟ ਲੱਗਦੀ ਆ ਜਾਂ ਸਰੀਰ ਕਮਜ਼ੋਰ ਹੁੰਦਾ ਸਾਨੂੰ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਪਰ ਆਪਣੇ ਮਨ ਤੇ ਨਹੀਂ ਆਪਾਂ ਨੂੰ ਇਹ ਚੀਜ਼ਾਂ ਪਤਾ ਲੱਗਦੀਆਂ ਤੇ ਆਪਾਂ ਇੰਨੇ ਚੰਗੇ ਸ਼ਾਨਦਾਰ ਐਕਟਰ ਹੁੰਨੇ ਆ ਤੇ ਆਪਾਂ ਛੇਤੀ ਕਿਸੇ ਨੂੰ ਦੱਸ ਦੇਵ ਨਹੀਂ ਕਿ ਮੈਂ ਮਾਨਸਿਕ ਤੌਰ ਤੇ ਟੁੱਟਿਆ ਹੋਇਆ ਹਨਾ ਤੇ ਮੈਂ ਕਿਹਾ ਵੀ ਉਸੇ ਮਾਨਸਿਕ ਸਿਹਤ ਨਾਲ ਬਾਰੇ ਗੱਲਾਂ ਆਪਾਂ ਕਹਿੰਦੇ ਨੇ ਕਿ YouTube ਤੇ ਜਾ ਕੇ ਚੜਦੀ ਕਲਾ ਵਾਲੀਆਂ ਚੀਜ਼ਾਂ ਦੇਖੋ ਜਾਂ ਚੰਗੀਆਂ ਫਿਲਮਾਂ ਦੇਖੋ ਹਨਾ ਤੇ ਉਹ ਸਾਰੀਆਂ ਚੀਜ਼ਾਂ ਦੇਖਦੇ ਵਕਤ ਅਸੀਂ ਖਾ ਕੀ ਰਹੇ ਹੁੰਨੇ ਆ ਹਮੇਸ਼ਾ ਜੰਕ ਫੂਡ ਅਸੀਂ ਸਿਨੇਮਾ ਕਰਾਂ ਚੁਈ ਜਾਂਦੇ ਆ ਉੱਥੇ ਵੀ ਸਾਨੂੰ ਜੰਕ ਫੂਡ ਮਿਲਦਾ ਹਨਾ ਤੇ ਘਰੇ ਬੈਠ ਕੇ ਵੀ ਸਾਡੀ ਚੁਆਇਸ ਹੁੰਦੀ ਹੈ ਕਿ ਜਦੋਂ ਅਸੀਂ ਕੋਈ ਫਿਲਮ ਦੇਖ ਰਹੇ ਆ ਜਾਂ ਚੰਗੀ ਚੀਜ਼ ਦੇਖ ਰਹੇ ਆ ਅਸੀਂ ਚਿਪਸ ਖਾਣੇ ਆ ਪੈਕੇਟ ਬੰਦ ਫੂਡ ਖਾਣੇ ਆ ਹਨਾ ਤੇ ਮਤਲਬ ਮਾਨਸਿਕ ਸਿਹਤ ਨੂੰ ਚੰਗੀ ਕਰਨ ਦੇ ਨਾਲ ਨਾਲ ਅਸੀਂ ਜਦੀ ਬਾਡੀ ਨੂੰ ਸਭ ਕੁਝ ਐਵੇਂ ਜਿਹਾ ਦੇ ਦਿੰਨੇ ਆ ਕਿ ਜਿਹੜਾ ਉਹਦੇ ਲਈ ਲਾਜ਼ਮੀ ਨਹੀਂ ਹੈਗਾ ਹਨਾ ਤੇ ਦੂਜੀ ਜਿਹੜੀ ਚੀਜ਼ ਸੀਗੀ ਕਿ ਘਰਾਂ ਦੇ ਵਿੱਚ ਅਸੀਂ ਸੱਚੀ ਉਹ ਜਿਹੜੀਆਂ ਚੀਜ਼ਾਂ ਸਾਨੂੰ ਤੰਦਰੁਸਤੀ ਦਿੰਦੀਆਂ ਸੀ ਉਹ ਨਹੀਂ ਰੱਖਣਾ ਪਸੰਦ ਕਰਦੇ ਸੀਗੇ ਹੁਣ ਤੋਂ 2-4 ਸਾਲ ਪਹਿਲਾਂ ਹੈਨਾ ਹੁਣ ਫਿਰ ਵੀ ਬਹੁਤ ਸਾਰੇ ਲੋਕਾਂ ਨੇ ਮਿੱਟੀ ਦੇ ਭਾਂਡੇ ਲਿਆਉਣੇ ਸ਼ੁਰੂ ਕਰਤੇ ਮਿੱਟੀ ਦੇ ਭਾਂਡੇ ਜਾਂ ਪਿੱਤਲ ਦਵਾਰਾ ਘਰਾਂ ਜਿਵੇਂ ਦਵਾਰਾ ਘਰਾਂ ਚ ਆਇਆ ਇੰਨਾ ਪੁਰਾਣਾ ਪੁਰਾਣਾ ਪਿੱਤਲ ਵਧੀਆ ਵਾਲਾ ਪਿੱਤਲ ਉਹ ਜਿਹੇ ਪਿੱਤਲ ਤਾਂ ਹੁਣ ਮਿਲਦਾ ਵੀ ਹੈ ਨਹੀਂਗਾ ਜੇ ਆਪਾਂ ਲੈ ਕੇ ਵੀ ਆਉਨੇ ਆ ਲੋਕਾਂ ਨੇ ਮੈਂ ਕਿੰਨੀ ਆ ਉਹ ਰੱਦੀ ਦੇ ਭਾਅ ਵਿੱਚ ਆ ਵਿੱਚ ਆ ਤੇ ਹੁਣ ਅਸੀਂ ਉਹ ਵੀ ਖਰੀਦ ਕੇ ਲਿਆ ਰਹੇ ਆ ਹਨਾ ਘਰਾਂ 'ਚ ਲੋਕਾਂ ਨੇ ਦੁਵਾਰਾ ਚੁੱਲ੍ਹੇ ਹਾਰੇ ਬਣਾ ਲਏ ਚਾਹੇ ਮਤਲਬ ਕਈ ਪਰਿਵਾਰ ਜਿਹੜੇ ਸ਼ਹਿਰਾਂ 'ਚ ਵੀ ਰਹਿੰਦੇ ਉਹਨਾਂ ਨੇ ਵੀ ਬਣਾਏ ਹਾਂਜੀ ਤੇ ਥੋੜੇ ਥੋੜੇ ਲੋਕ ਸੇਤ ਨੂੰ ਲੈ ਕੇ ਅਵੇਅਰ ਹੋ ਰਹੇ ਨੇ ਪਰ ਉੱਥੇ ਹੁਣ ਸਾਡੀਆਂ ਕਿੰਨੀਆਂ ਵੱਡੀਆਂ ਸਮੱਸਿਆਵਾਂ ਨੇ ਕਿ ਅਸੀਂ ਆ ਜ਼ਿਆਦਾਤਰ ਹੁਣ ਸਾਡੇ ਖੇਤਾਂ ਦੇ ਵਿੱਚ ਸਾਨੂੰ ਇਹੀ ਹੁੰਦਾ ਕਿ ਅਸੀਂ ਪਿੰਡਾਂ ਵਿਚ ਝੋਨੇ ਤੇ ਕਣਕ ਹਨਾ ਇਹ ਹੀ ਚੀਜ਼ਾਂ ਜਿਹੜੀ ਫਸਲ ਇਕੱਠੀ ਵੱਢੀ ਜਾਵੇ ਇਕੱਠੀ ਆਮਦਨ ਆ ਜਾਵੇ ਹੁਣ ਵੀ ਬਹੁਤ ਸਾਰੇ ਲੋਕ ਨੇ ਜਿਹੜੇ ਆਪ ਦੇ ਖਾਣ ਜੋਗੀ ਸਬਜ਼ੀ ਵੀ ਨਹੀਂ ਬੀਜਦੇ ਹੈਗੇ ਹਨਾ ਤੇ ਅੱਗੇ ਜਦੋਂ ਅਸੀਂ ਛੋਟੇ ਹੁੰਦੇ ਸੀ ਤਾਂ ਸਾਡੇ ਮੇਰੇ ਪਾਪਾ ਹੁਣੇ ਸ਼ਹਿਰ ਰਹਿੰਦੇ ਆਪਦੇ ਦੋਸਤਾਂ ਨੂੰ ਕਿਸੇ ਨੂੰ ਮਿਲਣ ਜਾਂਦੇ ਸੀ ਨਾ ਤਾਂ ਉਹਨਾਂ ਨੇ ਕਹਿਣਾ ਵੀ ਗੁੜ ਵੀ ਪਾ ਦੋ ਮੂਲੀਆਂ ਵੀ ਪਾ ਦੋ ਸਾਗ ਵੀ ਪਾ ਦੋ ਅਸੀਂ ਕਹਿਣਾ ਕੀ ਜਲੂਸ ਕੱਢਿਆ ਅਗਲਾ ਕੀ ਕਹੂਗਾ ਇਹਨਾਂ ਨੂੰ ਹਨਾ ਹੁਣ ਜਦੋਂ ਸ਼ਹਿਰ 'ਚ ਆਪਣੇ ਲਈ ਕੋਈ ਚੀਜ਼ ਲੈ ਕੇ ਆਉਂਦਾ ਫੇਰ ਪਤਾ ਲੱਗਦਾ ਵੀ ਉਹਦੀ ਕਿੰਨੀ ਉਡੀਕ ਹੁੰਦੀ ਹੈ ਨਾ ਉਹ ਤੁਹਾਨੂੰ ਪਤਾ ਜੇ ਕੋਈ ਕਹਿ ਦਿੰਦਾ ਵੀ ਇਹ ਘਰ ਦੀ ਕਹਾਣੀ ਘੜਾਈ ਹੋਈ ਆ ਨਾ ਸਰੋਂ ਦਾ ਤੇਲ ਜਾਂ ਇਹ ਆਰਗੈਨਿਕ ਕਣਕਾ ਉਹ ਚੀਜ਼ ਨਾ ਤੁਹਾਨੂੰ ਸੋਨੇ ਨਾਲੋਂ ਵੱਧ ਜਿਆਦਾ ਚੰਗੀ ਲੱਗਦੀ ਆ ਆਪਾਂ ਹਰੇਕ ਬੰਦੇ ਨੂੰ ਹੁਣ ਕਹਨੇ ਆ ਵੀ ਚਾਹੇ ਹੋਰ ਕੁਐਸਚਨ ਆ ਲੈ ਕੇ ਆਇਓ ਜਦੋਂ ਪਿੰਡੋਂ ਆਏ ਤੁਸੀਂ ਦੁੱਧ ਸਬਜ਼ੀਆਂ ਇਹ ਸਾਰਾ ਕੁਝ ਲੈ ਕੇ ਆਇਓ ਹੈ ਨਾ ਪਰ ਮਹੀਨੇ ਚ ਕੋਈ ਇੱਕ ਦਿਨ ਤੁਹਾਨੂੰ ਪਿੰਡੋਂ ਮਿਲਣ ਆ ਸਕਦਾ ਬਾਕੀ ਦਿਨ ਤੁਸੀਂ ਮੈਨੂੰ ਲਗਾ ਤਾਂ ਬਾਕੀ ਦੇ 29 ਦਿਨ ਅਸੀਂ ਉਹੀ ਖਾਂਦੇ ਆ ਜਿਹੜਾ ਸਾਨੂੰ ਇੰਨੀਆ ਜ਼ਿਆਦਾ ਸਪਰੇਆ ਕੀਤਾ ਹੋਇਆ ਮਿਲਦਾ ਜਾਂ ਜਿਵੇਂ ਤੁਸੀਂ ਕਿਹਾ ਸੀਗਾ ਕਿ ਅਸੀਂ ਤੋ 3 ਘੰਟੇ ਲਾ ਨਹੀਂ ਸਕਦੇ ਹੈਗੇ ਕਿ ਅਸੀਂ ਸੋਚੇ ਕਿ ਅਸੀਂ ਚੁੱਲੇ ਚੌਂਕੇ ਦਾ ਉਚੇਜ ਕਰੀਏ ਹੈਨਾ ਅਸੀਂ ਹਾਰੇ ਚ ਦਾਲ ਬਣਾਈਏ ਜਾਂ ਅਸੀਂ ਆਟਾ ਜਿਹੜਾ ਉਦੋਂ ਹੀ ਗੁੰਨਿਆ ਜਦੋਂ ਅਸੀਂ ਰੋਟੀ ਬਣਾਉਣੀ ਹੋਣੀ ਹੈ ਹੁਣ ਸਾਡਾ ਇੰਨਾ ਜ਼ਿਆਦਾ ਉਚੇਜ ਘਟ ਗਿਆ ਚੁੱਲੇ ਚੌਂਕੇ ਦਾ ਕਿ ਅਸੀਂ ਕੁੱਕਰ ਦੇ ਵਿੱਚ ਕਈ ਵਾਰ ਤਾਂ 2-2 ਦਿਨ ਦੀ ਦਾਲ ਬਣਾ ਕੇ ਰੱਖ ਲੈਣੇ ਆ ਸਬਜੀ ਅਸੀਂ ਇਕੱਠੀ ਬਣਾ ਲੈਣੇ ਆ ਕਿ ਅੱਛਾ ਚੱਲੇ ਇਹਨੂੰ ਪਰਸੋਂ ਨੂੰ ਫੇਰ ਦੁਬਾਰਾ ਗਰਮ ਕਰ ਲਾਂਗੇ ਹੈਨਾ ਆਟਾ ਵੀ ਹੁਣ ਮੋਸਟਲੀ ਆਪਾਂ ਘਰਾਂ 'ਚ ਆਈਆਂ ਕਿ ਸਵੇਰ ਦਾ ਆਟਾ ਆਪਾਂ ਸਵੇਰੇ ਹੀ ਮਤਲਬ 2-3 ਟਾਈਮ ਦਾ ਆਟਾ ਗੁੰਨ ਕੇ ਰੱਖ ਲੈਣੇ ਆ ਤੇ ਸਾਨੂੰ ਇਹ ਚੀਜ਼ ਕਿੰਨਾ ਕੁਸ਼ ਦੇ ਰਹੀ ਆ ਸਰੀਰ ਨੂੰ ਕਿੰਨੀਆਂ ਗਲਤ ਚੀਜ਼ਾਂ ਸਾਡੇ ਨਾਲ ਵਾਪਰ ਰਹੀਆਂ ਨੇ ਅਸੀਂ ਇੱਕ ਦਿਨ ਘਰੇ ਗੱਲ ਕਰਦੇ ਸੀ ਮੈਂ ਇਹਨਾਂ ਨੂੰ ਹਾਸੇ-ਹਾਸੇ ਚ ਕਿਹਾ ਮੈਂ ਕਿਹਾ ਵੀ ਇਹ ਹਿਮਾਚਲ ਤੇ ਰਾਜਸਥਾਨ ਚ ਲੋਕ ਮੋਟੇ ਨਹੀਂ ਹੈਗੇ ਹਨਾ ਇਹ ਕਹਿੰਦੇ ਵੀ ਤੁਰਦੇ ਬਹੁਤ ਨੇ ਤੇ ਦੂਜੀ ਚੀਜ਼ ਆ ਵੀ ਰਾਜਸਥਾਨ ਚ ਗਰਮੀ ਬਹੁਤ ਆ ਮੈਂ ਕਿਹਾ ਨਹੀਂ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਉਹਨਾਂ ਕੋਲ ਇੰਨਾ ਪੈਸਾ ਨਹੀਂ ਹੈਗਾ ਕਿ ਉਹ ਹਰ ਚੀਜ਼ ਬਾਹਰੋਂ ਖਰੀਦ ਕੇ ਖਾ ਸਕਣ ਹਨਾ ਵੀ ਜਿੰਨੀ ਕੋ ਉਹਨਾਂ ਨੂੰ ਚੀਜ਼ ਮਿਲਦੀ ਆ ਉਹਦੇ ਚ ਹੀ ਗੁਜ਼ਾਰਾ ਕਰਦੇ ਨੇ ਮੈਂ ਖੁਦ ਦੇਖਿਆ ਰਾਜਸਥਾਨ ਚ ਕਿਸੇ ਸਬਜੀ ਦਾ ਛਿੱਲੜ ਆ ਜਿਹੜਾ ਸੁਟਿਆ ਨਹੀਂ ਜਾਂਦਾ ਉਹ ਲੋਕ ਉਹਦੇ ਛਿੱਲੜ ਤੋਂ ਵੀ ਸਬਜੀ ਲੱਗ ਬਣਾ ਲੈਂਦੇ ਨੇ ਹੈਨਾ ਤੇ ਅਸੀਂ ਕੀ ਕਰਦੇ ਆ ਅਸੀਂ ਮਤਲਬ ਅੱਜ ਕੱਲ ਪੈਸੇ ਤਾਂ ਬਹੁਤ ਖਰਚ ਰਿਆ ਚੀਜ਼ ਤੇ ਪਰ ਸਾਨੂੰ ਇਹ ਨਹੀਂ ਪਤਾ ਕਿ ਉਹ ਸੱਚੀ ਜਿਹੜੀ ਚੀਜ਼ ਅਸੀਂ ਖਾਣ ਲਈ ਮਤਲਬ ਲੈ ਰਹੇ ਹਾਂ ਜਿਉਂਦੀ ਵੀ ਆ ਜਾਂ ਸੱਚੀਓ ਜਿਵੇਂ ਸਰ ਨੇ ਕਿਹਾ ਸੀ ਕਿ ਮਰਿਆ ਹੋਇਆ ਭੋਜਨ ਜ਼ਿਆਦਾਤਰ ਅਸੀਂ ਮਰਿਆ ਹੋਇਆ ਭੋਜਨ ਖਾਂਦੇ ਜਿਵੇਂ ਹੁਣ ਆਪਾਂ ਵੀ ਆ ਚਲ ਹੁਣ ਆਪਾਂ ਇੱਥੇ ਬੈਠ ਕੇ ਗੱਲ ਕਰ ਲਈ ਜਾਂ ਆਪਾਂ ਕਿਸੇ ਨੂੰ ਮਿਲ ਲੇ ਉਹਦੇ ਮਤਲਬ ਉਹਨਾਂ ਗੱਲਾਂ ਦਾ ਅਪਡੇਟ ਤੇ ਥੋੜਾ ਟਾਈਮ ਪ੍ਰਭਾਵ ਤਾਂ ਰਹਿੰਦਾ ਹੀ ਰਹਿੰਦਾ ਹਨ ਮੈਕਸਿਮਮ ਆਪਾਂ ਥੋੜੇ ਪ੍ਰਭਾਵ ਵਾਲੀਆਂ ਅੱਜ ਕੱਲ੍ਹ ਦੇ ਟਾਈਮ 'ਚ ਹਨ ਤੇ ਜਿੰਨੀ ਦੇਰ ਤੱਕ ਸਾਡੇ ਕੰਨੇ ਹੱਥ ਨਹੀਂ ਲੱਗਦੇ ਹੈਗੇ ਉਨੀ ਦੇਰ ਤੱਕ ਆਪਾਂ ਆਪਣੀ ਜ਼ਿੰਦਗੀ ਦਾ ਰਹਿਣ ਸਹਿਣ ਤੇ ਖਾਣ ਪੀਣ ਦਾ ਟੰਗ ਨਹੀਂ ਵਰਤਦੇ ਹਨ ਇਹ ਗੱਲ ਮੇਰੇ ਭਾਬੀ ਜੀ ਕਹਿੰਦੇ ਹੁੰਦੇ ਆ ਉਹਨਾਂ ਨੂੰ ਇਸ ਹਾਲ ਤੋਂ ਪਹਿਲਾਂ ਕੈਂਸਰ ਡਾਇਗਨੋਸ ਹੋਇਆ ਸੀਗਾ ਤੇ ਹੁਣ ਚਲੋ ਪਰਮਾਤਮਾ ਦੀ ਕਿਰਪਾ ਨਾਲ ਬਿਲਕੁਲ ਠੀਕ ਨੇ ਤੇ ਉਹਨਾਂ ਨੇ ਪਰ ਉਸ ਤੋਂ ਬਾਅਦ ਆਪਣਾ ਸਾਰਾ ਖਾਣ ਪੀਣ ਦਾ ਟੰਗ ਬਦਲਿਆ ਹਨ ਉਹਨਾਂ ਨੇ ਆਲੇ ਦਿਵਾਲੀ ਵੀਰੇ ਉਹਨਾਂ ਨੇ ਉਹ ਲੋਕ ਕਲਬੇ ਜਿਹੜੇ ਕਿ ਆਰਗੇਨਿਕ ਸਬਜ਼ੀਆਂ ਲਾਉਂਦੇ ਸੀਗੇ ਤੇ ਉਹਨਾਂ ਨੂੰ ਜਿਵੇਂ ਆਰਗੇਨਿਕ ਸਬਜ਼ੀਆਂ ਦੇ ਕੇ ਜਾਂਦੇ ਨੇ ਫਿਰ ਉਹਨਾਂ ਨੇ ਘਰੇ ਜਿਵੇਂ ਜਿਹੜਾ ਉਹ ਦੁੱਧ ਵਰਤਦੇ ਸੀਗੇ ਤਾਂ ਡੰਗਰਾਂ ਨੂੰ ਉਹਨਾਂ ਨੇ ਟੀਕਾ ਜਾਂ ਕੁਝ ਵੀ ਇਦਾਂ ਦਾ ਲਾਉਣਾ ਬੰਦ ਕਰਤਾ ਹਨਾ ਤਾਂ ਕਿ ਜਿਹੜਾ ਘਰੇ ਘਟੂ ਘਟ ਘਰੇ ਵਰਤਨ ਵਾਲੀ ਚੀਜ਼ ਤਾਂ ਤੁਸੀਂ ਪਿਓਰ ਰੱਖੋ ਜੇ ਕਿਸੇ ਨੂੰ ਵੀ ਜਿਹੜੀ ਤੁਸੀਂ ਦੇਣੀ ਕਰੋਗੇ ਤੁਹਾਡੇ ਦੁੱਧ ਲੈਣ ਆ ਰਹੇ ਤਾਂ ਤੁਸੀਂ ਉਹਨੂੰ ਪਿਓਰ ਤਾਂ ਦਬੋ ਹਨਾ ਘਟੂ ਘਟ ਤੇ ਫਿਰ ਜਿਵੇਂ ਹੁਣ ਅਸੀਂ ਕੱਲ ਗੱਲ ਕਰਦੇ ਸੀ ਮੰਮੀ ਕਹਿੰਦੇ ਵੀ ਜਿਵੇਂ ਆਪਾਂ ਕਈ ਵਾਰ ਰਾਤ ਨੂੰ ਬਾਦਾਮ ਪੀਉਂਦੇ ਨੇ ਵੀ ਸਵੇਰੇ ਉ ਉਹਦੇ ਲਈ ਵੀ ਉਹਨਾਂ ਨੇ ਨਾ ਕੱਚੇ ਭਾਂਡੇ ਲਿਆਂਦੇ ਨੇ ਜਿਵੇਂ ਆਪਣੇ ਕੁਜੇ ਨਹੀਂ ਹੁੰਦੇ ਆਪਣੇ ਜਦੋਂ ਕਰਵਾਚਾਉ ਦੇ ਵਰਤ ਹੁੰਦੇ ਨੇ ਉਦੋਂ ਵੀ ਕਈ ਵਰਕਰਾਂ ਚ ਦੇ ਜਾਂਦੇ ਨੇ ਕਿ ਜਾਂ ਉਹਦਾ ਵੀ ਨਾ ਛੋਟੇ ਛੋਟੇ ਉਹਨਾਂ ਨੇ ਕੱਚੇ ਭਾਂਡੇ ਲਿਆਂਦੇ ਹੋਏ ਨੇਗੇ ਤਾਂ ਜਿੰਨੀ ਦੇਰ ਤੱਕ ਉਹ ਕਹਿੰਦੇ ਵੀ ਮੈਨੂੰ ਹੋਣਾ ਕਲ ਆਈ ਆ ਵੀਸ ਅਸਲ ਦੇ ਵਿੱਚ ਖਾਣਾ ਤੁਹਾਡੀ ਜ਼ਿੰਦਗੀ ਦੇ ਲਈ ਕਿੰਨਾ ਜ਼ਿਆਦਾ ਮਾਇਨੇ ਰੱਖਦਾ ਜਿਵੇਂ ਹੁਣ ਇੱਕ ਮਸ਼ੀਨਰੀ ਆ ਮਸ਼ੀਨਰੀ ਚ ਜਿਹੋ ਜਿਹਾ ਤੇਲ ਪੈਂਦਾ ਆ ਉਹ ਉਹੋ ਜਿਹਾ ਚੱਲਦੀ ਆ ਨਾ ਡਾਕਟਰ ਅਮਰਵੀਰ ਉਹਨਾਂ ਨੇ ਜਿਵੇਂ ਇੱਕ ਉਦਾਹਰਣ ਦਿੱਤੀ ਸੀ ਵੀ ਪੈਟਰੋਲ ਵਾਲੀ ਮਸ਼ੀਨਰੀ ਚ ਤੁਸੀਂ ਡੀਜ਼ਲ ਨਹੀਂ ਪਾ ਸਕਦੇ ਡੀਜ਼ਲ ਵਾਲੀ ਚ ਤੁਸੀਂ ਪੈਟਰੋਲ ਨਹੀਂ ਪਾ ਸਕਦੇ ਸੋ ਉਸੇ ਤਰੀਕੇ ਦੇ ਨਾਲ ਸਾਡਾ ਜਿਹੜਾ ਸਰੀਰ ਬਣਿਆ ਸੀ ਉਹ ਬਣਿਆ ਤਾਂ ਸੀਗਾ ਪਿਓਰ ਖਾਣ ਦੇ ਲਈ ਆਰਗੇਨਿਕ ਖਾਣ ਦੇ ਲਈ ਤਾਂ ਅਸੀਂ ਆਪਦੀ ਸਹੂਲਤ ਦੇ ਲਈ ਆਪਦੇ ਸਰੀਰ ਨੂੰ ਇੰਨਾ ਕੁਝ ਗਲਤ ਮੰਤ ਖਿਲਾ ਰਹੇ ਆ ਹੈਲਦੀ ਚੀਜ਼ਾਂ ਨੂੰ ਵੀ ਅਸੀਂ ਗਲਤ ਤਰੀਕੇ ਨਾਲ ਜਾਂ ਗਲਤ ਢੰਗ ਨਾਲ ਬਣਾ ਕੇ ਖਵਾ ਰਹੇ ਹਾਂ ਹਨਾ ਆਪਾਂ ਕਹਿੰਦੇ ਕਿ ਹੁਣ ਤਾਂ 12 ਮਹੀਨੇ 36 ਦਿਨ ਮਟਰ ਮਿਲ ਹੀ ਜਾਂਦੇ ਨੇਗੇ ਪਰ ਜਿਹੜੀ ਚੀਜ਼ ਮੌਸਮੀ ਲੱਗ ਹੀ ਨਹੀਂ ਰਹੀ ਹੈਗੀ ਉਹ ਮਿਲਦੀ ਪਈ ਆ ਆਪਾਂ ਇੰਨਾ ਵੀ ਦਿਮਾਗ ਨਹੀਂ ਲਾਉਂਦੇ ਹੈਗੇ ਵੀ ਇਹ 12 ਮਹੀਨੇ 36 ਦਿਨ ਕਿੱਥੋਂ ਮਿਲ ਅਵੇਲੇਬਲ ਹੋ ਸਕਦੇ ਇਹਦਾ ਮਤਲਬ ਵੀ ਅਸੀਂ ਫਰੋਜ਼ਨ ਚੀਜ਼ਾਂ ਹੀ ਖਾ ਰਹੇ ਹਾਂ ਹਨਾ ਲੁੱਕੀ ਓ ਵੀ ਲਿਆ ਲਿਆ ਕੇ ਖਾ ਰਹੇ ਨੇਗੇ ਹਨਾ ਤੇ ਉਹ ਮਤਲਬ ਉਹਨਾਂ ਦੀ ਮੈਂ ਗੱਲ ਦੱਸ ਰਹੀ ਸੀ ਵੀ ਉਹ ਕਹਿੰਦੇ ਵੀ ਛੋਟੀਆਂ ਛੋਟੀਆਂ ਚੀਜ਼ਾਂ ਚ ਫਿਰ ਉਹਨਾਂ ਨੇ ਇਹ ਦੱਸਿਆ ਕਹਿੰਦੇ ਮੈਂ ਉਹਦੀ ਸਬਜੀ ਬਣਾਉਣ ਦਾ ਢੰਗ ਸਾਰਾ ਚੇਂਜ ਕੀਤਾ ਵੀ ਦੂਜੀ ਭਾਬੀ ਨੇ ਉਹ ਉਹਨਾਂ ਨੇ ਸਾਰੇ ਸਰਬਲੋ ਦੇ ਭਾਂਡੇ ਲੈ ਕੇ ਆਂਦੇ ਕਿ दाल ਸਬਜੀ ਜਿਹੜੀ ਬਣਨੇ ਚਾਹੇ ਕਾਲੀ ਹੈ ਕਹਿੰਦੇ ਕੋਈ ਵੀ ਖਾਵੇ ਕੋਈ ਨਾ ਖਾਵੇ ਪਰ ਘਟੂ ਘਟੇ ਇੰਨੀ ਤਸੱਲੀ ਹੁੰਦੀ ਆ ਵੀ ਤੁਸੀਂ ਕੋਈ ਝੱਜ ਦੀ ਚੀਜ਼ ਖਾਧੀ ਆ ਹਨਾ ਉਸ ਤੋਂ ਬਾਅਦ ਜਿਵੇਂ ਕਾਣਕ ਵਗੈਰਾ ਵੀ ਹੋਣ ਉਹ ਘਰ ਦੀ ਆਰਗੇਨਿਕ ਰੱਖਣ ਲੱਗੇ ਨੇਗੇ ਤੇ ਦੂਸਰੀ ਗੱਲ ਬਾਹਰ ਉਹਨਾਂ ਨੇ ਚੀਜ਼ਾਂ ਸਬਜ਼ੀਆਂ ਸਬਜ਼ੀਆਂ ਆਲੇ-ਦੋਲੇ ਉਹ ਬੰਦੇ ਲੱਭੇ ਵੀ ਜਿਹੜੇ ਉਹਨਾਂ ਨੂੰ ਸਬਜ਼ੀ ਦੇ ਜਾਂਦੇ ਨੇ ਆਰਗੇਨਿਕ ਹੁੰਦੀ ਆ ਬਿਨਾਂ ਰੇਸ ਭਰੇ ਵਾਲੀ ਨਾ ਉਹ ਕਹਿੰਦੇ ਜਦੋਂ ਹੁਣ ਮੈਂ ਸਬਜ਼ੀ ਵੀ ਬਣਾਉਣੀ ਆ ਤਾਂ ਮੈਂ ਜਿਹੜਾ ਤੜਕਾ ਹੁੰਦਾ ਅੱਧਾ ਕੱਚਾ ਰੱਖਦੀ ਆ ਕਿਉਂਕਿ ਉਹਦਾ ਹੀ ਆਪਾਂ ਨੂੰ ਫਾਇਦਾ ਆ ਅੱਧਾ ਕੱਚਾ ਰੱਖੇ ਤਾਂ ਵੀ ਜਿਹੜਾ ਆਪਾਂ ਹੁੰਦੀ ਆ ਆਪਦੇ ਸਵਾਦ ਵਾਲੀ ਪੂਰਾ ਭੁੰਨ ਕੇ ਐ ਮਸਾਲੇ ਮਸੂਲੇ ਪਾ ਕੇ ਦਾਲ ਸਬਜ਼ੀ ਬਣਾਉਣਾ ਕਹਿੰਦੇ ਉਹਦਾ ਅਸਲ ਚ ਆਪਾਂ ਨੂੰ ਨ ਮਿਲਦਾ ਹੈ ਕਿ ਇਹ ਹੈ ਤਾਂ ਸਾਰਿਆਂ ਲਈ ਜ਼ਰੂਰੀ ਪਰ ਸਾਨੂੰ ਜ਼ਰੂਰੀ ਉਦੋਂ ਲੱਗਣ ਲੱਗ ਜਾਂਦਾ ਹੈ ਕਿ ਜਿੰਨੀ ਦੇਰ ਤੱਕ ਸਾਡੇ ਤੇ ਕੋਈ ਬਹੁਤ ਵੱਡੀ ਮੁਸੀਬਤ ਜਾਂ ਸਰੀਰਕ ਤੌਰ ਤੇ ਸਾਨੂੰ ਕੋਈ ਬਹੁਤ ਵੱਡੀ ਸਮੱਸਿਆ ਨਹੀਂ ਖੜੀ ਹੋ ਜਾਂਦੀ ਉੰਨੀ ਦੇਰ ਤੱਕ ਆਪਾਂ ਸੋਚਦੇ ਹੀ ਨਹੀਂ ਹੈਗੇ ਵੀ ਅਸੀਂ ਖਾਣਾ ਕੀ ਹੈ ਤੇ ਜਿਹੜਾ ਅਸੀਂ ਤੰਦਰੁਸਤ ਖਾ ਵੀ ਰਹੇ ਹਾਂ ਤੇ ਉਹਨੂੰ ਸਾਡੇ ਬਣਾਉਣ ਦਾ ਢੰਗ ਕੀ ਹੋਣਾ ਚਾਹੀਦਾ ਨਾ ਜਿਵੇਂ ਡਾਕਟਰ ਅਮਰਵੀਰ ਇੱਕ ਇੰਟਰਵਿਊ ਚ ਦੱਸਦੇ ਸੀਗੇ ਵੀ ਜਿਹੜੇ ਰਾਜਮਾ ਤੁਸੀਂ ਚੁੱਲੇ ਤੇ ਬਣਾਉਨੇ ਹੋ ਖੁੱਲੇ ਉਹਦੇ ਚ ਰਿੱਜਦੇ ਨੇ ਜਾਂ ਜਿਹੜੀ ਤੁਸੀਂ ਦਾਲ ਹਾਰੇ ਚ ਤੋੜੇ ਚ ਬਣਾਉਨੇ ਹੋ ਉਹਦਾ ਤੇ ਜਿਹੜੇ ਤੁਸੀਂ ਕੁੱਕਰ 'ਚ ਦਾਲ ਬਣਾਉਨੇ ਹੋ ਨਾ ਰਾਜਮਾ ਬਣਾਉਨੇ ਉਹਦਾ ਕਿੰਨਾ ਫਰਕ ਹੋ ਜਾਂਦਾ ਉਹ ਕਹਿੰਦੇ ਵੀ ਜਿਹੜੀ ਤੁਸੀਂ ਹਾਰੇ ਜਾਂ ਕੁੱਕਰ 'ਚ ਹਾਰੇ ਜਾਂ ਪਤੀਲੇ 'ਚ ਖੁੱਲੀ ਦਾਲ ਸਬਜ਼ੀ ਬਣਾਉਨੇ ਉਹਦੇ 'ਚ 98% ਨਿਊਟ੍ਰੀਸ਼ਨ ਬਚਿਆ ਰਹਿ ਜਾਂਦਾ ਆ ਤੇ ਉਹੀ ਜਿਹੜੀ ਕੁੱਕਰ 'ਚ ਤੁਸੀਂ ਰਾਜਮਾ ਨਾਲ ਦਾਲ ਬਣਾਉਨੇ ਉਹ 'ਚ ਸਿਰਫ 2% ਰਹਿ ਜਾਂਦਾ ਆ ਕਿਉਂਕਿ ਜਿਹੜਾ ਕੁੱਕਰ ਆ ਤੁਹਾਡੇ ਖਾਣੇ ਨੂੰ ਤੋੜਦਾ ਆ ਉਹ ਤੁਹਾਡੇ ਖਾਣੇ ਨੂੰ ਬਣਾਉਂਦਾ ਨਹੀਂ ਖਾਣੇ ਨੂੰ ਤੋੜ ਦਿੰਦਾ ਉਹਦੇ 'ਚ ਕਹਿੰਦੇ ਕੁਝ ਵੀ ਬਾਕੀ ਨਹੀਂ ਰਹਿੰਦਾ ਉਹੀ ਗੱਲ ਆ ਗਈ ਨਾ ਬੰਦਾ ਕਹਿੰਦਾ ਵੀ ਮੈਂ ਤਾਂ ਖਾਣਾ ਵੀ ਕਰਦਾ ਆਂ ਖਾਣਾ ਵੀ ਮੈਂ ਦਾਲ ਫੁੱਲ ਕਈਆਂ ਵੀ ਫਿਰ ਮੈਂ ਕਿਉਂ ਬਿਮਾਰ ਹੋ ਗਿਆ ਇਹ ਵਾਕਈ ਸੋਚਣ ਵਾਲੀ ਗੱਲ ਹੈ ਕਿ ਜਿਹੜਾ ਤੁਹਾਡੇ ਖਾਣ ਖਾਣਾ ਬਣਾਉਣ ਦਾ ਢੰਗ ਆ ਕਿਤੇ ਉਹਦੇ ਵਿੱਚ ਹੀ ਤਾਂ ਨਹੀਂ ਗੜਬੜ ਹੈਗੀ ਸਹੀ ਗੱਲ ਗਰਦੀਪਾ ਆਪਣੇ ਕੋਲੇ ਚਾਹੇ ਕਈਆਂ ਕੋਲੇ ਤਾਂ ਸਮਾਂ ਵੀ ਹੁੰਦਾ ਫਿਰ ਵੀ ਆਪਾਂ ਇਹ ਚੀਜ਼ਾਂ ਨਹੀਂ ਸੋਚਦੇ ਹਨਾ ਆਪਾਂ ਉਦਾਹਰਨਾਂ ਦੇਣ ਲੱਗ ਜਾਂਦੇ ਆ ਲੋਕਾਂ ਨੂੰ ਕਿ ਲੈ ਜਿਹੜੇ ਜਿਆਦਾ ਨੀਵੇਂ ਤਕਕੇ ਦੇ ਲੋਕ ਨੇ ਜਿੰਨਾਂ ਕੋਲ ਜਿਆਦਾ ਸਹੂਲਤਾਂ ਅੰਦਨ ਨਹੀਂ ਹੈਗੀ ਉਹ ਕਈ 100 100 ਸਾਲ ਜਿਉਂਦੇ ਨੇ ਹਨ ਪਰ ਆਪਾਂ ਨੂੰ ਇਹ ਨਹੀਂ ਪਤਾ ਕਿ ਹਰੇਕ ਦੀ ਮਤਲਬ ਸਰੀਰ ਆ ਜਿਹੜਾ ਉਹ ਹਰ ਚੀਜ਼ ਤੇ ਅਲੱਗ ਢੰਗ ਨਾਲ ਰिएक्ट ਕਰਦਾ ਹੈ ਨਾ ਹੁਣ ਤੁਸੀਂ ਦੇਖੋ ਕਿ ਜਿਵੇਂ ਤੁਸੀਂ ਕੁੱਜਿਆਂ ਦੀ ਗੱਲ ਕਰਦੇ ਹੋ ਅੱਜ ਤੋਂ 10 ਸਾਲ ਪਹਿਲਾਂ ਦਹੀਂ ਸੱਚੀ ਕੁੱਜਿਆਂ ਚ ਹੀ ਜਾਂਦਾ ਸੀ ਹੁਣ ਆਪਣੇ ਘਰਾਂ ਚ ਕਿੰਨੇ ਭਾਂਡੇ ਨੇ ਜਿਹੜੇ ਜ਼ਿਆਦਾਤਰ ਸਿਲਵਰ ਦੇ ਨੇ ਬਹੁਤ ਲੋਕ ਕਹਿੰਦੇ ਕਿ ਐਲੂਮੀਨੀਅਮ ਚ ਖਾਣਾ ਬਹੁਤ ਜ਼ਿਆਦਾ ਖਤਰਨਾਕ ਹੁੰਦਾ ਜ਼ੋ ਪੁਆਇਜ਼ਨ ਹੁੰਦੀ ਆ ਇਹ ਐਲੂਮੀਨੀਅਮ ਦੇ ਭਾਂਡੇ ਜੇ ਮੈਂ ਗਲਤ ਨਹੀਂ ਹਾਂ ਤਾਂ ਜਿਵੇਂ ਮੈਂ ਕਿਸੇ ਤੋਂ ਸੁਣਿਆ ਸੀਗਾ ਵੀ ਇਹ ਅੰਗਰੇਜ਼ ਲੈ ਕੇ ਆਏ ਸੀ ਜੇਲਾ ਵਾਸਤੇ ਬਿਲਕੁਲ ਤਾਂ ਕਿ ਉਹ ਕੈਦੀਆਂ ਨੂੰ ਉਹਨਾਂ ਭਾਂਡਿਆਂ ਚ ਖਾਣਾ ਦਿੰਦੇ ਸੀਗੇ ਕਿ ਉਹ ਹੌਲੀ ਹੌਲੀ ਖਾਂਦੇ ਸੀ ਉਹਨਾਂ ਚ ਤੇ ਬਿਮਾਰ ਹੁੰਦੇ ਸੀ ਤੇ ਅੱਜ ਕੱਲ ਆਪਾਂ ਸਫਾਈਆਂ ਦੇ ਇੰਨੇ ਮਾਰੇ ਪਿਆ ਆਪਾਂ ਸਾਰੀ ਕਿਚਨ ਪਰ ਉਹਦੇ ਵਿੱਚ ਚੱਕਾ ਚੱਕ ਦੇ ਸੁਣੀ ਚਾਹੀਦੀ ਆ ਇਹਦੇ ਤੇ ਕੋਈ ਆਪਣੀ ਉਹ ਮਧਾਣੀ ਨਾ ਪਈ ਹੋਵੇ ਰੜਕਣ ਵਾਲੀ ਇਹਦੇ ਤੇ ਕੋਈ ਹਾਰੇ ਵਾਲੀ ਕੋਈ ਚਾਟੀ ਨਾ ਪਈ ਹੋਵੇ ਜਿੱਥੋਂ ਸਵਾਦ ਜਿਹੜੇ ਕਿਚਨ ਜਾ ਕੇ ਹੈਨਾ ਆਪਾਂ ਲੱਗਦੇ ਕੁੱਕਰ ਚ ਦਾਲ ਬਣਾਓ ਸੈਲਫ ਕਲੀਨ ਤਦ ਦੈਟ ਸੋ ਇਹ ਗੱਲ ਹੁਣ ਦੇਖੋ ਆਪਾਂ ਲੋਹੇ ਦੀਆਂ ਕੜਾਈਆਂ 'ਚ ਨਹੀਂ ਸਬਜ਼ੀ ਬਣਾਉਂਦੇ ਹੈਗੇ ਨਾ ਉਹਦਾ ਇਹੀ ਹੈ ਕਿ ਉਹਦਾ ਰੰਗ ਕਾਲਾ ਹੋ ਜਾਂਦਾ ਪਰ ਸਾਨੂੰ ਇਹ ਨਹੀਂ ਪਤਾ ਕਿ ਅੱਜਕੱਲ ਹਰ ਬੰਦੇ ਨੂੰ ਆਇਰਨ ਦੀ ਕਮੀ ਆ ਦੇਖ ਲਓ ਤੁਸੀਂ ਹਰ ਬੰਦਾ ਕਹੇਗਾ ਮੈਨੂੰ ਵਿਟਾਮਿਨ ਡੀ ਦੀ ਕਮੀ ਆ ਮਤਲਬ ਜੇ ਬਹੁਤਾ ਜ਼ਿਆਦਾ ਆਪਾਂ ਇਹਨਾਂ ਚੀਜ਼ਾਂ ਬਾਰੇ ਨਹੀਂ ਵੀ ਜਾਣਦੇ ਪਰ ਫਿਰ ਵੀ ਜਦੋਂ ਤੁਸੀਂ ਕਿਸੇ ਡਾਕਟਰ ਨੂੰ ਮਿਲਦੇ ਹੋ ਉਹ ਕਹਿੰਦੇ ਕਿ ਤੁਹਾਡੀ ਜ਼ਿੰਦਗੀ ਚ ਵਿਟਾਮਿਨ ਡੀ ਕਿਹੋ ਜੀ ਚੀਜ਼ ਆ ਜਿਹੜੀ ਜੇ ਤੁਹਾਡੀ ਬਾਡੀ ਚ ਕਮੀ ਹੋ ਜਾਵੇ ਤਾਂ ਤੁਸੀਂ ਡਿਪਰੈਸ਼ਨ ਦੀ ਸਹੱਦ ਤੱਕ ਚਲੇ ਜਾਂਦੇ ਹੋ ਵੀ ਤੁਸੀਂ ਆਤਮ ਹੱਤਿਆ ਤੱਕ ਕਰ ਸਕਦੇ ਹੋ ਹਨ ਤੇ ਸਾਨੂੰ ਪਤਾ ਹੀ ਨਹੀਂ ਉਹ ਚੀਜ਼ ਅਸੀਂ ਧੁੱਪ ਚ ਬੈਠ ਨਹੀਂ ਸਕਦੇ ਅਸੀਂ ਬੈਠਣਾ ਨਹੀਂ ਪਸੰਦ ਕਰਦੇ ਸਾਨੂੰ ਇਹ ਹੁੰਦਾ ਕਿ ਸਕਿਨ ਟੈਨ ਹੋ ਜਾ ਜੀ ਪਰ ਸਾਨੂੰ ਇਹ ਨਹੀਂ ਪਤਾ ਵੀ ਜੇ ਰੱਬ ਨਾ ਕਰੇ ਅਸੀਂ ਉਸ ਸਟੇਜ ਤੇ ਪਹੁੰਚ ਗਏ ਤਾਂ ਸਕਿਨਸ ਕੋਣੀ ਤਾਂ ਰਹਿਣੀ ਹੋਈ ਨਹੀਂ ਹੈ ਨਾ ਜ਼ਿੰਦਗੀ ਤੇ ਇਹ ਚੀਜ਼ਾਂ ਸਾਨੂੰ ਜਦੋਂ ਸਾਡੇ ਬਜ਼ੁਰਗ ਕਹਿੰਦੇ ਨੇ ਕਿ ਆ ਘਰ ਦਾ ਖਾਓ ਦੇਸੀ ਖਾਓ ਅਸੀਂ ਉਦੋਂ ਉਹਨਾਂ ਨੂੰ ਕਹਿੰਦੇ ਆ ਕਿ ਲੈ ਇਹਨਾਂ ਨੇ ਹਾਲੇ ਤੱਕ ਪੁਰਾਣੀਆਂ ਚੀਜ਼ਾਂ ਹੀ ਨਹੀਂ ਛੱਡੀਆਂ ਹਨਾ ਹੁਣ ਅਸੀਂ ਘਰਾਂ 'ਚ ਘੜੇ ਲਿਆਉਂਦੇ ਨੇ ਤਕਰੀਬਨ ਤੁਸੀਂ ਚਾਹੇ ਕਿਸੇ ਦੀ ਕਿੰਨੀ ਵਧੀਆ ਰਸੋਈ ਬਣੀ ਹੈ ਤਕਰੀਬਨ ਹਰ ਇੱਕ ਦੇ ਘਰ 'ਚ ਕੜਾ ਹੈਨਾ ਪਰ ਉਹਦੇ 'ਚ ਵੀ ਅਸੀਂ ਬਰਫ਼ ਸਿੱਟੀ ਜਾਂਦੇ ਆ ਪਾਣੀ ਅਸੀਂ ਉਹੀ ਠੰਡਾ ਕਰਕੇ ਪੀਂਦੇ ਆ ਹਨਾ ਉਹ ਸੰਤੁਸ਼ਟੀ ਸਾਨੂੰ ਉਸੇ ਚੀਜ਼ ਤੇ ਜਾ ਕੇ ਮਿਲਦੀ ਆ ਤੇ ਜਿਵੇਂ ਤੁਸੀਂ ਕਿਹਾ ਕਿ ਖਾਣਾ ਨਾ ਅਸੀਂ ਵਧੀਆ ਖਾਣ ਦੀ بجائے ਵਧੀਆ ਦਿਖਾਉਣਾ ਪਸੰਦ ਕਰਦੇ ਆ ਕਿੰਨੀਆਂ ਚੀਜ਼ਾਂ ਨੇ ਜਿਹੜੀਆਂ ਅਸੀਂ ਜਿਹੜੀਆਂ ਸਾਨੂੰ ਖਾਣੇ ਦੇ ਨੇੜੇ ਤੇ ਡਿਵ ਨਹੀਂ ਲਿਉਣੀਆਂ ਚਾਹੀਦੀਆਂ ਸਾਡੇ ਇੱਕ ਰਿਸ਼ਤੇਦਾਰ ਨੇ ਉਹਨਾਂ ਦੇ ਘਰੇ ਕੁੱਕ ਆ ਨਾ ਖਾਣਾ ਬਣਾਉਣ ਤੇ ਉਹਨਾਂ ਦੀ ਕਿਚਨ 'ਚ ਹਮੇਸ਼ਾ ਫੂਡ ਕਲਰ ਪਿਆ ਹੋਊਗਾ ਤੇ ਉਹਨਾਂ ਨੂੰ ਪੁੱਛੀਦਾ ਵੀ ਇਹ ਕਿਉਂ ਹੈ ਨਾ ਵਰਤਦੇ ਹੋ ਕਹਿੰਦੇ ਵੀ ਇਹਨੂੰ ਇਹ ਹੁੰਦਾ ਵੀ ਮੈਂ ਖਾਣਾ ਸੋਹਣਾ ਬਣਾ ਕੇ ਖਵਾਵਾਂ ਤੇ ਮੈਨੂੰ ਲੱਗਦਾ ਕਿ ਉਹ ਸਾਡੀ ਸਿਹਤ ਨੂੰ ਕਿੱਥੋਂ ਇਹ ਚੀਜ਼ ਮਿਲਦੀ ਹੋਊਗੀ ਅੱਗੇ ਤੁਸੀਂ ਦੇਖੋ ਜਿਆਦਾ ਤੋਂ ਜਿਆਦਾ ਦਾਲਾ ਆਟਾ ਸਬਜ਼ੀਆਂ ਸਭ ਕੁਝ ਜੋ ਸਾਡੇ ਸਰੀਰ 'ਚ ਜਾਂਦਾ ਸੀ ਤਕਰੀਬਨ 70% ਚੀਜ਼ਾਂ ਸਾਡੇ ਘਰਾਂ 'ਚੋਂ ਉਗਦੀਆਂ ਸੀਗੀਆਂ ਹੁਣ ਅਸੀਂ ਉਹ ਵੀ ਬਾਹਰੋਂ ਲਿਆ ਕੇ ਖਾ ਰਹੇ ਹਾਂ ਮੈਂ ਅੱਜ ਮੈਂ ਤੇ ਸਰ ਵੀ ਗੱਲਾਂ ਕਰਦੇ ਸੀ ਕਿ ਚੰਡੀਗੜ੍ਹ ਨਾਲ ਦੋ ਲੇਡੀਜ਼ ਨੇ ਬੜੇ ਚੰਗੇ ਘਰੋਂ ਨੇ ਉਹ ਉਹ ਕਹਿੰਦੀ ਆ ਕਿ ਅਸੀਂ 4 ਏਕੜ ਜ਼ਮੀਨ ਦੇ ਵਿੱਚ ਖੇਤੀ ਕਰਦੀਆਂ ਤੇ ਉੱਥੇ ਅਸੀਂ ਸਿਰਫ ਸਬਜ਼ੀਆਂ ਵੇਚਦੇ ਆ ਤੇ ਕਹਿੰਦੀ ਅਸੀਂ ਇੱਕ ਦਿਨ ਵੀਰਵਾਰ ਨੂੰ ਚੰਡੀਗੜ੍ਹ ਦੇ ਇੱਥੇ ਕਿਸੇ ਏਰੀਆ 'ਚ ਆ ਕੇ ਆਪਣਾ ਸਟਾਲ ਲਾਉਂਦੀਆਂ ਨੇ ਕਹਿੰਦੀ ਵੀ ਜੇ ਅਸੀਂ ਚਾਹੀਏ ਤਾਂ ਲੋਕ 100 ਰੁਪਏ ਕਿਲੋ ਆਲੂ ਖਰੀਦ ਰਹੇ ਨੇ ਸਾਡੇ ਤੋਂ ਵੀ ਉਹਨਾਂ ਨੂੰ ਇਹ ਆ ਕਿ ਸਾਨੂੰ ਸਿਰਫ ਆਰਗੈਨਿਕ ਚੀਜ਼ ਮਿਲੇ ਹਨਾ ਤੇ ਲੋਕ ਸਿਹਤ ਵੱਲ ਐਨੇ ਧਿਆਨ ਦੇ ਰਹੇ ਨੇ ਪਰ ਕਿੱਥੇ ਕਈ ਵਾਰੀ ਅਸੀਂ ਉਹ ਵੀ ਆ ਕਿ ਸਾਨੂੰ ਇਹ ਵੀ ਪਤਾ ਹੁੰਦਾ ਕਿ ਜਿਹੜੀ ਸਬਜੀ ਸੀਜ਼ਨਲ ਨਹੀਂ ਹੈਗੀ ਉਹ ਤੇ ਇੰਨੀ ਸਪਰੇ ਹੋ ਰਹੀ ਆ ਅਸੀਂ ਫਿਰ ਵੀ ਸਵਾਦ ਦੇ ਮਾਰੇ ਲਿਆ ਕੇ ਖਾ ਰਹੇ ਹਾਂ ਸਵਾਦ ਦੇ ਮਾਰੇ ਲਿਆ ਕੇ ਖਾ ਰਹੇ ਹਾਂ ਤੇ ਇੱਕ ਇੱਕ ਆਪਾਂ ਇਹ ਵੀ ਬੜੀ ਸ਼ੀਤੀ ਕਹਿ ਦਿੰਨੇ ਵੀ ਯਾਰ ਫਿਰ ਬੰਦਾ ਹੁਣ ਖਾਵੇ ਕੀ ਪ્યોਰ ਅੱਜਕੱਲ ਰਿਹਾ ਕੀ ਹੁਣ ਤੁਸੀਂ ਇਹ ਦੇਖ ਲਓ ਕਈ ਵਾਰੀ ਆਪਾਂ ਕੋਈ ਕੱਪੜਾ ਲੈਣਾ ਹੁੰਦਾ ਤੇ ਆਪਾਂ ਕਿੱਥੋਂ ਕਿੱਥੋਂ ਜਾ ਕੇ ਉਹਦਾ ਸਟੋਰ ਲੱਭ ਲੈਨੇ ਮੈਨੂੰ ਇੱਕ ਵਾਰੀ ਕਿਸੇ ਨੇ ਫੋਨ ਕੀਤਾ ਕਿ ਫਲਾਣੇ ਬ੍ਰਾਂਡ ਦਾ ਸ਼ੋਰੂਮ ਹੈਗਾ ਚੰਡੀਗੜ੍ਹ ਦੇ ਵਿੱਚ ਹੈ ਨਾ ਵੀ ਆਪਾਂ ਅਦੋਂ ਕੋਈ ਕੱਪੜਾ ਪਾਉਣ ਦੇ ਲਈ ਕਿੱਥੇ-ਕਿੱਥੇ ਤੱਕ ਜਾਣੇ ਆ ਆਪਾਂ ਹਨਾ ਆਨਲਾਈਨ ਜਿਵੇਂ ਕੱਪੜੇ ਜੇ ਕਿਸੇ ਤੋਂ ਸਮੋਣੇ ਹੋਣ ਆਪਾਂ ਬੁਟੀਕਸ ਲੱਭਦੇ ਆ ਵੀ ਮੈਂ ਆਪਦੀ ਪਸੰਦ ਦਾ ਕੱਪੜਾ ਲੈਣਾ ਉਹ ਵੀ ਤਾਂ ਆਪਾਂ ਖਿੱਚਲ ਕਰਕੇ ਲੱਭਦੇ ਆ ਹੈ ਨਾ ਆਪਣੇ ਆਣੇ-ਦੋੜੇ ਕਿਹੜੇ ਚੀ ਕੱਪੜੇ ਨਹੀਂ ਅਵੇਲੇਬਲ ਹੁੰਦੇ ਪਰ ਆਪਾਂ ਨੂੰ ਹੁੰਦਾ ਵੀ ਨਹੀਂ ਜਿਹੜਾ ਮੇਰੇ ਪਾਇਆ ਸੋਨਾ ਲੱਗੂ ਜਿਹੜਾ ਮੇਰੇ ਮਨ ਨੂੰ ਚੰਗਾ ਲੱਗਦਾ ਮੈਂ ਉਹੀ ਕੱਪੜਾ ਲੈਣਾ ਉਹਦੇ ਲਈ ਭਾਵੇਂ ਤੁਹਾਨੂੰ ਦਿਹਾੜੀ ਲਾ ਕੇ ਸਟੋਰ ਲੱਭਣਾ ਪਵੇ ਜਿੱਥੇ ਮਰਜੀ ਤੁਹਾਨੂੰ ਜਾਣਾ ਪਵੇ ਤੁਹਾਨੂੰ ਫਲਾ ਫਿਰ ਆਪਾਂ ਪਾ ਕੇ ਬਹੁਤ ਹੀ ਹੁੱਬ ਕੇ ਦੱਸਦੇ ਆ ਇਹ ਮੈਂ ਫਲਾੜੀ ਜਗ੍ਹਾ ਤੋਂ ਸਪੈਸ਼ਲ ਜਾ ਕੇ ਲੈ ਕੇ ਆਇਆ ਹਨਾ ਜਿਵੇਂ ਆਪਣੇ ਕਿੰਨੇ ਲੋਕ ਨੇ ਜਿਹੜੇ কুর্তা ਪਜਾਮਾ ਸਵਾਉਣ ਦੇ ਲਈ ਅਬੋਰ ਜਾਂਦੇ ਨੇਗੇ ਹਨਾ ਚੰਡੀਗੜ੍ਹ ਦੇ ਵਿੱਚ ਆਪਣੇ ਇੱਥੇ ਕੋਈ ਹੈਗੇ ਨੇ ਜਿਹੜੇ ਕਿ ਆਪ ਜਿਹੜੇ ਫਾਰਮਲ ਸੂਟਸ ਨੇਗੇ ਉਹਨਾਂ ਦੇ ਲਈ ਬੜੇ ਮਸ਼ਹੂਰ ਨੇਤਾ ਲੋਕੀ ਕਹਿਣਗੇ ਕਿ ਅਸੀਂ ਚੰਡੀਗੜ੍ਹ ਆਉਣਾ ਆ ਅਸੀਂ ਨੇ ਉੱਥੋਂ ਕੱਪੜੇ ਬੜਵਾਉਣੇ ਸੀਗੇ ਹਨਾ ਆਪਣੇ ਇਵਨ ਆਪਣੇ ਸਾਈਡ ਲੁਧਿਆਣੇ ਵਾਲੇ ਲੋਕ ਵੀ ਇਹ ਚੀਜ਼ਾਂ ਕਹਿੰਦੇ ਨੇ ਫਿਰ ਜਦ ਆਪਾਂ ਪਾਉਣ ਵਾਲੀਆਂ ਚੀਜ਼ਾਂ ਦੇ ਲਈ ਜੇ ਤੁਸੀਂ ਬੂਟ ਲੈਣੇ ਨੇ ਤਾਂ ਵੀ ਬੰਦਾ ਕਹੂਗਾ ਫਲਾਣਾ ਸਟੋਰ ਲੱਭ ਕੇ ਮੈਂ ਆਨਲਾਈਨ ਉੱਥੋਂ ਹੀ ਐਡੀਸ਼ਨ ਮੰਗਾਇਆ ਕਿਉਂਕਿ ਲੋਕਲ ਸਟੋਰ ਤੇ ਐਡੀਸ਼ਨ ਅਵੇਲੇਬਲ ਨਹੀਂ ਸੀਗਾ ਹਨਾ ਸੋ ਉੱਥੇ ਬਹੁਤ ਸਾਰੇ ਲੋਕ ਨੇ ਕਿੰਨੇ ਐਪੀਸੋਡ ਤੇ ਮੈਂ ਕਿੰਨੀਆਂ ਸਰ ਵੀ ਆਪਣਾ ਕਵਰ ਕਰਦਾ ਐ ਜਿਹੜੀ ਲੋਕੀ ਆਰਗੇਨਿਕ ਖੇਤੀ ਕਰਦੇ ਨੇਗੇ ਆਰਗੇਨਿਕ ਸਬਜ਼ੀਆਂ ਲਾਉਂਦੇ ਨੇਗੇ ਖਾਣ ਪੀਣ ਦੇ ਲਈ ਆਪਣੇ ਕੋਲੇ ਬਹੁਤ ਵੱਡੇ ਬਹਾਨਾ ਆ ਜਾਂਦਾ ਵਾ ਵੀ ਅੱਜ ਕੱਲ ਪਿਓ ਰਿਹਾਈ ਨਹੀਂ ਕੋਈ ਕੀ ਕਰੀਏ ਹਨਾ ਜੀ ਆਪਾ ਕੱਪੜਿਆਂ ਦੇ ਲਈ ਆਪਾਂ ਬੂਟਾਂ ਦੇ ਲਈ ਆਪਾਂ ਨਿੱਕੇ ਨਿੱਕੇ ਚੀਜ਼ਾਂ ਦੇ ਲਈ ਆਨਲਾਈਨ ਸਰਚਾਂ ਕਰ ਕਰਕੇ ਸਟੋਰ ਲੱਭ ਕੇ 100-100 ਕਿਲੋਮੀਟਰ ਤੇ ਵੀ ਜਾ ਸਕਦੇ ਹਾਂ ਤਾਂ ਕੀ ਆਪਾਂ ਆਪਣੀ ਸਿਹਤ ਨੂੰ ਤੰਦਰੁਸਤ ਰੱਖਣ ਦੇ ਲਈ ਆਲੇ-ਦੁਆਲੇ ਨਿਗਾਹ ਮਾਰ ਕੇ ਇਹ ਨਹੀਂ ਲੱਭ ਸਕਦੇ ਕਿ ਕਿਹੜਾ ਬੰਦਾ ਜਿਹੜਾ ਆਰਗੈਨਿਕ ਸਬਜ਼ੀਆਂ ਲਾਉਂਦਾ ਕਿਹੜਾ ਬੰਦਾ ਜਿਹੜਾ ਆਰਗੈਨਿਕ ਕਣਕ ਲਾਉਂਦਾ ਹੈ ਹਨਾ ਕਣਕ ਦੇ ਲਈ ਤਾਂ ਤੁਹਾਨੂੰ ਬਾਰ-ਬਾਰ ਜਾਣ ਦੀ ਵੀ ਲੋੜ ਹੈ ਨਹੀਂ ਬੰਦੇ ਤੋਂ ਤੁਸੀਂ 1 ਕਵਾਂਟਰ 2 ਕਵਾਂਟਰ 3 ਕਵਾਂਟਰ ਜਿੰਨੀ ਤੁਹਾਡੀ ਕੈਪੈਸਿਟੀ ਆ ਜਿੰਨੀ ਤੁਹਾਡੀ ਲੱਗਦੀ ਹੈ ਤੁਸੀਂ ਇਕੱਠੀ ਲਿਆ ਕੇ ਉਹਨਾਂ ਤੋਂ ਰੱਖ ਸਕਦੇ ਹੋ ਹਨ ਪਰ ਉੱਥੇ ਆਪਾਂ ਨੂੰ ਇਹ ਲੱਗਦਾ ਵੀ ਅੱਜਕੱਲ ਤਾਂ ਹੈ ਹੀ ਨਹੀਂ ਆ ਹਨਾ ਆਰਟੀਕਲ ਲੱਭਣ ਦੇ ਲਈ ਕਿਸੇ ਬੂਟ ਦਾ ਆਰਟੀਕਲ ਲੋਕਲ ਸਟੋਰ ਤੇ ਅਵੇਲੇਬਲ ਹੈ ਨਹੀਂ ਕਿ ਤੁਸੀਂ ਉਹਨੂੰ ਇੰਟਰਨੈਸ਼ਨਲ ਤੋਂ ਵੀ ਆਰਡਰ ਕਰ ਲੈਣੇ ਹੋ ਤੁਹਾਨੂੰ ਪਤਾ ਕਈ ਲੋਕ ਨੇਗੇ ਜਿਹੜੇ ਸਿਰਫ ਬੂਟ ਦੁਬਈ ਤੋਂ ਆਰਡਰ ਕਰਦੇ ਨੇ ਹਨਾ ਵੀ ਇਹ ਇੱਥੇ ਅਵੇਲੇਬਲ ਹੈ ਨਹੀਂ ਸੀਗਾ ਆਪਾਂ ਉਹਨਾਂ ਲੋਕਾਂ ਨੂੰ ਜਾਣਦੇ ਹਾਂ ਚੰਗੀ ਤਰ੍ਹਾਂ ਪਰ ਖਾਣ ਪੀਣ ਦੇ ਲਈ ਆਪਾਂ ਬਹੁਤ ਵੱਡਾ ਬਹਾਨਾ ਲਾ ਦਿੰਨੇ ਆ ਕਿ ਫਿਰ ਪੀਅਰ ਹੁਣ ਹੈ ਹੀ ਨਹੀਂ ਆਪਸ਼ਨ ਹੀ ਹੈ ਨਹੀਂਗਾ ਖਾਣਾ ਤੇ ਇਹੀ ਪੈਣਾ ਪਰ ਗੱਲ ਇਹ ਕੀ ਹੈ ਕਿ ਅਸੀਂ ਖਾਣ ਪੀਣ ਤੇ ਜ਼ਿਆਦਾ ਮਿਹਨਤ ਕਰਕੇ ਰਾਜ਼ੀ ਨਹੀਂ ਹੈਗੇ ਹਨਾ ਵਿੱਚ ਹੀ ਆਪਾਂ ਆਉਨੇ ਆ ਆਪਾਂ ਕਿਹੜਾ ਬਹਾਨਾ ਉਹਨਾਂ ਲੋਕਾਂ ਤੋਂ ਤੁਸੀਂ ਦੇਖੋ ਗਰਦੀਪ ਕਿ ਕਈ ਵਾਰੀ ਨਾ ਸਾਨੂੰ ਪਤਾ ਵੀ ਹੁੰਦਾ ਵੀ ਇਹ ਚੀਜ਼ ਖਾਣ ਦਾ ਸਾਨੂੰ ਬਹੁਤ ਨੁਕਸਾਨ ਆ ਹਨਾ ਜਿਵੇਂ ਆਪਾਂ ਕੇਕ ਡਿੰਡੀ ਆ ਗਏ ਸੀ ਇੱਕ ਵਾਰੀ ਉਹਨਾਂ ਨੇ ਆਪਾਂ ਨੂੰ ਕਿਹਾ ਸੀਗਾ ਕਿ ਜਿਹੜਾ ਚਾਕਲੇਟ ਤੁਸੀਂ ਕੇਕ ਦੇ ਵਿੱਚ ਖਾ ਰਹੇ ਹੋ ਇਹ ਤਾਂ ਅਸਲੀ ਹੈ ਹੀ ਨਹੀਂਗਾ ਹਨਾ ਤੇ ਖੰਡ ਆ ਤੁਸੀਂ ਮੇਰੇ ਨਾ ਇੱਕ ਭੂਆ ਜੀ ਨੇ ਮਤਲਬ ਉਹ ਘਰ ਉਹ ਬਹੁਤ ਜ਼ਿਆਦਾ ਵਧੀਆ ਨੇ ਜਦੋਂ ਅਸੀਂ ਛੋਟੇ ਹੁੰਦੇ ਸੀ ਤਾਂ ਉਹਨਾਂ ਦੇ ਘਰੇ ਇਹੀ ਸੀਗਾ ਕਿ ਉਹ ਗੁੜ ਦੀ ਚਾਹ ਪੀਂਦੇ ਸੀ ਉਹਨਾਂ ਦੇ ਘਰੇ ਕਦੀ ਖੰਡ ਆਈ ਨਹੀਂ ਸੀ ਹਾਸਿਆ-ਸੀਚ ਮੰਮੀ ਉਹਨਾਂ ਨੇ ਕਹਿਣਾ ਵੀ ਇੰਨੀ ਜਾਇਦਾਦ ਦਾ ਕੀ ਫਾਇਦਾ ਚਾਹ ਤਾਂ ਗੁਰਦੀ ਵੀ ਜਾਂਦੀ ਹੈ ਨਾ ਤੇ ਹੁਣ ਆ ਕੇ ਪਤਾ ਲੱਗਦਾ ਵੀ ਉਹ ਕਿੰਨੇ ਅਸਲ 'ਚ ਵਧੀਆ ਸੀਗੇ ਹੈ ਨਾ ਹੁਣ ਵੀ ਮੇਰੇ ਭੂਆ ਜੀ ਉਹਨਾਂ ਨੂੰ ਆਦਤ ਹੈ ਕਿ ਉਹ ਪੂਰੇ ਸਾਲ ਦਾ ਮਤਲਬ ਗੁੜ ਆਪ ਦੇ ਲਈ ਪਹਿਲਾਂ ਸਟੋਰ ਕਰਦੇ ਆ ਫਿਰ ਰਿਸ਼ਤੇਦਾਰਾਂ ਨੂੰ ਦਿੰਦੇ ਆ ਹੈ ਨਾ ਤੇ ਹੁਣ ਨਾ ਸਾਰੇ ਮਤਲਬ ਸਾਡੇ ਰਿਸ਼ਤੇਦਾਰ ਉਹਨਾਂ ਨੂੰ ਫੋਨ ਕਰਕੇ ਕਹਿਣਗੇ ਕਿ ਸਾਡੇ ਲਈ ਗੁੜ ਸ਼ੱਕਰ ਰੱਖੋ ਤੇ ਹੁਣ ਆਪਾਂ ਨੂੰ ਕਿਸੇ ਤੇ ਪਤਾ ਲੱਗ ਜਾਵੇ ਜਿਵੇਂ ਤੁਸੀਂ ਕਿਹਾ ਸੀ ਕਿਸੇ ਤੇ ਪਤਾ ਹੋਵੇ ਵੀ ਸਰੋਂ ਕਿਸੇ ਨੇ ਬੀਜੀ ਹੋਈ ਆਪਾਂ ਕਹਿੰਦੇ ਮੇਰੇ ਲਈ ਰੱਖ ਦਿਓ ਹਨਾ ਇਹੀ ਚੀਜ਼ ਜਿਵੇਂ ਮੈਂ ਇੱਕ ਵਾਰੀ ਪਿੰਡੋਂ ਚੌੜ ਲੈ ਕੇ ਆਈ ਸੀਗੀ ਆਪਾਂ ਕਿੰਨਾ ਉਸ ਚੀਜ਼ ਤੇ ਡਿਸਕਸ ਕੀਤਾ ਵੀ ਯਾਰ ਚਾਹੇ ਥੋੜੇ ਜਿਹੀ ਮਿਲ ਜਾਣ ਮਤਲਬ ਇੱਕ ਦੂਜੇ ਨੂੰ ਜ਼ਰੂਰ ਦਓ ਹਨਾ ਸਵਾਦ ਵੀ ਤੇ ਆਪਾਂ ਬਣ ਕੇ ਉਹ ਕਿਵੇਂ ਦੇ ਲੱਗ ਰਹੇ ਤੇ ਮੈਂ ਐਵੇਂ ਜਿਵੇਂ ਤੁਸੀਂ ਨਾ ਜਿਹੜੇ ਪਰਸੋ ਚੌਥੇ ਮਤਲਬ ਮੈਂ ਪਕੌੜੇ ਲੈ ਕੇ ਗਈ ਮੰਮੀ ਕਹਿੰਦੇ ਵੀ ਮੈਂ ਬਹੁਤ ਸਾਲ ਹੋ ਗਏ ਖਾਦੇ ਨਹੀਂ ਤੇ ਬਾਜ਼ਾਰ ਦੇ ਇੰਨੇ ਵਧੀਆ ਨਹੀਂ ਬਣਦੇ ਤੂੰ ਮੈਨੂੰ ਬਣਾ ਕੇ ਦੇ ਅਸੀਂ ਸੇਮ ਡੇ ਉਹਦੀ ਸਬਜ਼ੀ ਬਣਾਈ ਤੇ ਪਹਿਲਾਂ ਕਿੰਨੀਆਂ ਚੀਜ਼ਾਂ ਇਹ ਸਾਡੇ ਘਰਾਂ 'ਚ ਅਸੀਂ ਅਸੀਂ ਆਪ ਹੀ ਕੱਢ-ਕੱਢ ਕੇ ਮਤਲਬ ਸਾਨੂੰ ਸੀਗਾ ਵੀ ਗੁੜ ਤਾਂ ਹੋਣਾ ਹੀ ਨਹੀਂ ਚਾਹੀਦਾ ਗੁੜ ਦੀ ਤਾਂ ਚਾਹ ਕਾਲੀ ਬਣਦੀ ਆ ਜਾਂ ਸਵਾਦ ਨਹੀਂ ਬਣਦੀ ਹੁਣ ਅਸੀਂ ਢੱਬਿਆਂ ਤੇ ਜਾ ਜਾ ਕੇ ਪੀਂਨੇ ਆ ਨਾ ਇਹਦਾ ਮਤਲਬ ਉਹ ਚੀਜ਼ ਚੰਗਿਓ ਸੀਗੀ ਸਾਡੀ ਸਿਹਤ ਲਈ ਹੁਣ ਆਪਾਂ ਉਹ ਹੀ ਨਹੀਂ ਸੀ ਥੋੜੇ ਦਿਨ ਪਹਿਲਾਂ ਗੱਲ ਕਰਦੇ ਜੇ ਇੱਕ ਦਿਨ ਅਸੀਂ ਘਰੇ ਵੀ ਗੱਲ ਕਰਦੇ ਸੀਗੇ ਵੀ ਹੁਣ ਆਪਾਂ ਬਾਜ਼ਾਰੂ ਮਸਾਲੇ ਲੈ ਕੇ ਆਉਨੇ ਆ ਅੱਗੇ ਜਿਵੇਂ ਘਰੇ ਵੱਡੀ-ਵੱਡੀ ਜਿੰਨੋਂ ਆਪਾਂ ਕਹਦੇ ਨੇ ਉਹ ਬਣਾਉਂਦੇ ਹੁੰਦੇ ਸੀ ਤੇ ਉਹਦੇ ਵਿੱਚ ਸਾਰੇ ਮਸਾਲੇ ਹੁੰਦੇ ਸੀ ਹੁੰਦੇ ਸੀ ਮੰਮੀ ਕਹਿੰਦੇ ਵੀ ਜਨਾਨੀਆਂ ਨੇ ਕੀ ਕਰਨਾ ਦਾਲ ਧਰ ਦੇਣੀ ਕੱਖ ਨਹੀਂ ਸੀ ਉਹਦੇ ਵਿੱਚ ਪਾਉਂਦੇ ਹੁੰਦੇ ਜੇ ਜ਼ਿਆਦਾ ਦਾਲਾ ਦੋ ਪੜੀਆਂ ਘੱਟ ਦਾਲਾ ਤਾਂ ਇੱਕ ਬੜੀ ਕਿਉਂਕਿ ਕਹਿੰਦੇ ਉਹਦੇ ਵਿੱਚ ਮਸਾਲਾ ਹੁੰਦਾ ਸੀਗਾ ਸਾਰਾ ਹਨਾ ਹੁਣ ਆਪਾਂ ਉਹ ਇਹ ਵੀ ਜਿਵੇਂ ਰੰਗ ਬਣੇ ਨਕਲੀ ਰੰਗ ਵਾਲੀ ਹਲਦੀ ਲਿਆ ਲੈ ਕੇ ਪਾਈ ਜਾਂਦੇ ਆ ਗਰਮ ਮਸਾਲੇ ਚ ਆਪਾਂ ਨੂੰ ਨਹੀਂ ਪਤਾ ਕੀ ਪੀਸਿਆ ਹੁੰਦਾ ਬਿਲਕੁਲ ਤੇ ਉਹ ਆਪਾਂ ਚੀਜ਼ਾਂ ਅੱਗੇ ਮਾਮ ਜਿਸ ਦਾ ਹਰ ਘਰ ਚ ਹੁੰਦਾ ਸੀਗਾ ਹਣਾ ਸਪੈਸ਼ਲੀ ਉਹ ਕੀ ਹੁੰਦਾ ਸੀਗਾ ਵੀ ਮਸਾਲਾ ਕੁੱਟਣ ਲਈ ਆਪਾਂ ਉਹਨੂੰ ਰੱਖਿਆ ਹੁੰਦਾ ਸੀਗੇ ਵੀ ਮਸਾਲਾ ਘਰੇ ਤਿਆਰ ਕਰਦੇ ਹੁੰਦੇ ਸੀ ਆਪਾਂ ਗਰਮ ਮਸਾਲਾ ਹਣਾ ਚ ਕਿੰਨੀਆਂ ਹੋਰ ਸਾਰੀਆਂ ਚੀਜ਼ਾਂ ਜਿਵੇਂ ਕਈ ਲੋਕ ਸੀਗੇ ਵੀ ਜਿਹੜੇ ਉਹ ਨੂਨ ਸੀਗਾ ਬਾਹਰੋਂ ਲਿਆ ਕੇ ਉਹਨੂੰ ਕੁੱਟ ਕੇ ਜਾਂ ਕੁਝ ਵੀ ਉਹ ਵੀ ਸਾਰਾ ਕੁਝ ਆਪ ਪੀਸ ਕੇ ਤਿਆਰ ਕਰਦੇ ਹੁੰਦੇ ਸੀਗੇ ਹਣਾ ਤਾਂ ਹੁਣ ਆਪਾਂ ਲਾ ਦਿੰਦਾ ਸੀ ਵੀ ਯਾਰ ਅੱਗੇ ਹੋਈ ਲੁੱਕ ਲੱਗੇ ਰਹਿੰਦੇ ਹੁੰਦੇ ਸੀ ਹਣਾ ਸਾਰਾ ਦਿਨ ਦਾਲ ਸਬਜੀ ਤੇ ਵੀ ਕਿੰਨਾ ਕੁ ਮਿੰਟ 15 ਮਿੰਟਾਂ ਦੀ ਗੱਲ ਆ ਇਹ 15 ਮਿੰਟਾਂ ਚ ਕੁੱਕਰ ਚ ਦਾਲ ਬਣ ਗਈ ਤੇ ਤਿਆਰ ਹੋ ਗਿਆ ਹਨਾ ਸਾਰਾ ਕੁਝ ਪਰ ਨਹੀਂ ਪੜੇ ਪੜ ਲਿਖ ਕੇ ਵੀ ਜਾਂ ਕਈ ਵਾਰੀ ਬਹੁਤਿਆਂ ਨਵੀਆਂ ਚੀਜ਼ਾਂ ਦੇ ਪ੍ਰਭਾਵ ਹੇਠ ਆ ਕੇ ਆਪਾਂ ਬਹੁਤ ਜ਼ਿਆਦਾ ਗਲਤੀਆਂ ਕਰ ਜਾਂਦੇ ਆ ਜਿਹੜੀ ਕਿ ਆਪਣੇ ਲਈ ਸਰੀਰਕ ਤੇ ਮਾਨਸਿਕ ਤੌਰ ਤੇ ਦੋਵਾਂ ਲਈ ਠੀਕ ਨਹੀਂ ਹੁੰਦੀਆਂ ਗਰਦੀਪ ਅਸੀਂ ਲਾਈ ਲੱਗ ਵੀ ਬਹੁਤ ਆ ਆਪਾਂ ਜਿਵੇਂ ਪਿੱਛੇ ਜੇ ਇੱਕ ਟ੍ਰੈਂਡ ਜਾਂ ਚੱਲਿਆ ਸੀਗਾ ਕਿ ਪਾਣੀ ਹਨਾ ਬੋਤਲਾਂ ਚ ਪਾ ਕੇ ਸੂਰਜ ਦੀ ਰੋਸ਼ਨੀ ਚ ਰੱਖੋ ਤੇ ਆ ਲੋਕਾਂ ਨੇ ਮਤਲਬ ਛੱਡੀਆਂ ਨਹੀਂ ਸੀ ਕਿਤੇ ਹਰੇ ਰੰਗ ਦੀਆਂ ਬੋਤਲਾਂ ਹਨਾ ਤੇ ਸੇਮ ਚੀਜ਼ ਜਿਵੇਂ ਹੁਣ ਮੰਨ ਲਓ ਕਿਸੇ ਨੇ YouTube ਤੇ ਕੋਈ ਚੀਜ਼ ਪਾਤੀ ਕਿ ਤੁਸੀਂ ਐਨੇ ਦਿਨ ਆ ਚੀਜ਼ ਕਰੋ ਹਨਾ ਕੱਚਾ ਹੀ ਖਾਈ ਜਾਓ ਜਾਂ ਬਹੁਤ ਸਾਰੀਆਂ ਜੜੀ ਬੂਟੀਆਂ ਲੋਕ ਪਾਉਣ ਲਾ ਜਾਂਦੇ ਨੇ ਕਿ ਤੁਸੀਂ ਇਹ ਖਾਣਾ ਸ਼ੁਰੂ ਕਰ ਦੋ ਪਿੱਛੇ ਜੇ ਮੈਂ ਘਰੇ ਦੇਖਿਆ ਸਾਡੇ ਘਰੇ ਕੋਲੀ ਚੰਨਕ ਚੂਨਾ ਪਿਆ ਮੈਂ ਕਿਹਾ ਵੀ ਇਹ ਕੌਣ ਲੈ ਕੇ ਆਇਆ ਸਨ ਸਰ ਕਹਿੰਦੇ ਵੀ ਕਿਸੇ ਨੇ ਦੱਸਿਆ ਥੋੜਾ ਥੋੜਾ ਚੂਨਾ ਖਾਣਾ ਚਾਹੀਦਾ ਮੈਂ ਕਿਹਾ ਵੀ ਐਦਾਂ ਵੀ ਨਹੀਂ ਕਿਸੇ ਦੇ ਮਗਰ ਲੱਗ ਜਾਓ ਹਨਾ ਜਿਵੇਂ ਹੁਣ ਕਹਿ ਦਿੰਦੇ ਆ ਵੀ ਕੱਚਾ ਖਾਓ ਅਸੀਂ ਇਹ ਨਹੀਂ ਦੇਖਦੇ ਕਿ ਕੱਚਾ ਉਹ ਆਰਗੈਨਿਕ ਹੈ ਜਾਂ ਨਹੀਂ ਅਸੀਂ ਪੈਸਟੀਸਾਈਡ ਵਾਲਾ ਲਿਆ ਕੇ ਕੱਚਾ ਖਾਣ ਲੱਗ ਜਾਾਂਗੇ ਉਹ ਵੀ ਫਿਰ ਕਈ ਵਾਰੀ ਸਾਡੇ ਸ਼ਰੀਰ ਨੂੰ ਬਹੁਤ ਜ਼ਿਆਦਾ ਨੁਕਸਾਨ ਕਰਦਾ ਬਹੁਤ ਸਾਰੇ ਘਰਾਂ 'ਚ ਹੁਣ ਗੁੜ ਦੀ ਬਜਾਏ ਬਰਾਊਨ ਸ਼ੂਗਰ ਆ ਗਈ ਹੈ ਹੈ ਨਾ ਜਿਹੜੀ ਕਿ ਕਿੰਨੀ ਮਹਿੰਗੀ ਪੈਂਦੀ ਆ ਸਾਨੂੰ ਇਹ ਵੀ ਨਹੀਂ ਪਤਾ ਕਿ ਉਹਦਾ ਕੋਈ ਸੱਚੀ ਫਾਇਦਾ ਹੈ ਜਾਂ ਨਹੀਂ ਜਿਵੇਂ ਤੁਸੀਂ ਕਿਹਾ ਸੀ ਕਿ ਗੁਰਵੀਰ ਨੇ ਕਿਹਾ ਚਿੱਟੇ ਚੌਲਾਂ ਤੋਂ ਵੀ ਖਤਰਨਾਕ ਨੇ ਹੈ ਨਾ ਜਿਹੜੇ ਆਪਾਂ ਬਰਾਊਨ ਰਾਈਸ ਖਾਣੇ ਆ ਨਹੀਂ ਨਾਲੇ ਉਹ ਕਹਿੰਦੇ ਵੀ ਅਸਲ 'ਚ ਬਰਾਊਨ ਰਾਈਸ ਤੋਂ ਬਾਅਦ ਹੀ ਚਿੱਟੇ ਚੌਲ ਪਣਦੇ ਨੇਗੇ ਤਾਂ ਆਪਣੇ ਲੋਕ ਕਰਦੇ ਨੇਗੇ ਵੀ 2-200 ਰੁਪਏ ਕਿਲੋ ਜਾਂ 2.5-250 ਰੁਪਏ ਕਿਲੋ ਹੈ ਨਾ ਉਹ ਲਿਆ ਲਿਆ ਕੇ ਖਾਈ ਜਾਂਦੇ ਨੇ ਕਹਿੰਦੇ ਆਪਣੇ ਇਵਨ ਆਪਣੇ ਜ਼ਿਮੀਦਾਰਾਂ ਦੇ ਨਿਆਣਿਆਂ ਨੂੰ ਨਹੀਂ ਪਤਾ ਜਿਹੜੇ ਆਪ ਕੀਤੀ ਕਰਦੇ ਨੇਗੇ ਮੀਦੇ ਛਿਲਕਾ ਤਾਰੇ ਤੇ ਮੈਨੂੰ ਵੀ ਚੰਗੀ ਤਰ੍ਹਾਂ ਨਹੀਂ ਪਤਾ ਹੈਗਾ ਵੀ ਇਹ ਪਤਾ ਨਹੀਂ ਇੱਕ ਛਿਲਕਾ ਤਾਰੇ ਤੇ ਬਰਾਊਨ ਹੁੰਦੇ ਨੇ ਜਾਂ ਦੋ ਤਾਰ ਦੋ ਫਿਰ ਉਹ ਚਿੱਟੇ ਬਣ ਜਾਂਦੇ ਨੇ ਕੁਝ ਐਵੇਂ ਉਹਨਾਂ ਦੀ ਗੱਲ ਸੁਣਾਈ ਸੀ ਤੇ ਵੀ ਦੇਖੋ ਮਤਲਬ ਕਈ ਵਾਰੀ ਅਸੀਂ ਸਰੀਰ ਨਾਲ ਉਹ ਜਿਹੇ ਤਜਰਬੇ ਵੀ ਕਰਨ ਲੱ ਜਾਂਦੇ ਹਾਂ ਨਾ ਮੈਨੂੰ ਲੱਗਦਾ ਉਹ ਵੀ ਨਹੀਂ ਕਰਨੇ ਚਾਹੀਦੇ ਗੱਲ ਤਾਂ ਸਿਰਫ ਇੱਥੇ ਹੀ ਆ ਕਿ ਸਰੀਰ ਨੂੰ ਜੇ ਤੁਸੀਂ ਸਿੱਧਾ ਸਦਾ ਰੱਖਣਾ ਤਾਂ ਤੁਹਾਡਾ ਖਾਣ ਪੀਣ ਵੀ ਸਿੱਧਾ ਸਦਾ ਹੀ ਹੋਵੇ ਫਿਰ ਹੈ ਨਾ ਸਿੱਧਾ ਸਦਾ ਤੇ ਮੈਨੂੰ ਲੱਗਦਾ ਕਿ ਜਿਵੇਂ ਆਪਾਂ ਕਹਿੰਦੇ ਉਹਨਾਂ ਨੇ ਬਿਨਾਂ ਸੰਘਰਸ਼ੇ ਤੋਂ ਬਿਨਾਂ ਮਿਹਨਤ ਤੋਂ ਤਾਂ ਨੁਜ਼ਦੀਕੀ ਵਿੱਚ ਸਫਲਤਾ ਨਹੀਂ ਮਿਲ ਸਕਦੀ ਮੈਨੂੰ ਲੱਗਦਾ ਵੀ ਜਿਹੜਾ ਬਿਨਾਂ ਮਿਹਨਤ ਆਲਾ ਖਾਣਾਵਾ ਤਾਂ ਸਮਝਣ ਨੂੰ ਤੁਹਾਡੇ ਲਈ ਫਾਇਦੇ ਵਾਲਾ ਨਹੀਂ ਹੈਗਾ ਕਿਸੇ ਨੇ ਲਿਖਿਆ ਹੋਇਆ ਸੀ ਮੈਨੂੰ ਹੁਣ ਯਾਦ ਨਹੀਂ ਕਿ ਕਿ ਸਾਲ ਤੱਕ ਬੰਦਾ ਪੈਸਾ ਕਮਾਉਂਦਾ ਹੈ ਨਾ ਤੇ ਸਿਹਤ ਤੇ ਧਿਆਨ ਨਹੀਂ ਦਿੰਦਾ 40 ਸਾਲ ਤੋਂ ਬਾਅਦ ਕਮਾਏ ਹੋਏ ਪੈਸੇ ਨੂੰ ਫਿਰ ਉਸੇ ਸਿਹਤ ਤੇ ਲਾਉਣ ਲੱਗ ਜਾਂਦਾ ਵੀ ਇਹ ਤਾਂ ਫਿਰ ਕੋਈ ਜ਼ਿੰਦਗੀ ਜਿਉਣ ਦਾ ਢੰਗ ਨਹੀਂ ਤੇ ਜ਼ਿਆਦਾਤਰ ਆਪਾਂ ਇਹੀ ਕਰਦੇ ਆ ਮੈਂ ਕਈ ਵਾਰੀ ਵੈਸੇ ਮਤਲਬ ਇਹ ਚੀਜ਼ ਤੇ ਮੈਨੂੰ ਚੰਗਾ ਮਹਿਸੂਸ ਹੁੰਦਾ ਕਿ ਅਸੀਂ ਬਾਹਰੋਂ ਲਿਆ ਕੇ ਬਹੁਤ ਘੱਟ ਖਾਂਦੇ ਆ ਨਾ ਪਰ ਫਿਰ ਵੀ ਐ ਨਹੀਂ ਹੁੰਦਾ ਕਿ ਆਪਾਂ ਕਹੀਏ ਵੀ ਸਾਡੀ ਸਿਹਤ ਸਾਡੇ ਬਜ਼ੁਰਗਾਂ ਨਾਲੋਂ ਚੰਗੀ ਹੈ ਨਹੀਂ ਚੰਗੀ ਹੈਗੀ ਕਿਉਂਕਿ ਉਹਨਾਂ ਨੇ ਖਾਣ ਤੇ ਮਿਹਨਤ ਕੀਤੀ ਆ ਅਸੀਂ ਹੈਨਾ ਖਾਣ ਵਾਲੀਆਂ ਚੀਜ਼ਾਂ ਕਮਾਉਣ ਲਈ ਮਿਹਨਤ ਕਰ ਰਹੇ ਆ ਉਸ ਤੋਂ ਜ਼ਿਆਦਾ ਮਿਹਨਤ ਅਸੀਂ ਖਾਣ ਤੇ ਨਹੀਂ ਕਦੇ ਵੀ ਕਰਦੇ ਨਾ ਉਹਨੂੰ ਬਣਾਉਣ ਤੇ ਅਸੀਂ ਮੇਰੇ ਪਾਪਾ ਇੱਕ ਦਿਨ ਕਹਿੰਦੇ ਮੈਨੂੰ ਪੁੱਛਣ ਲੱਗੇ ਕਹਿੰਦੇ ਤੁਹਾਡੇ ਸ਼ਹਿਰ ਦੁੱਧ ਕਿੰਨੇ ਰੁਪਏ ਲੀਟਰ ਆ ਹੈਨਾ ਜਿਵੇਂ ਉਹਨਾਂ ਦਾ ਫਾਰਮ ਆ ਉਹ ਇਹੋ ਜਿਹੀਆਂ ਗੱਲਾਂ ਕਰਦੇ ਰਹਿੰਦੇ ਨੇ ਮੈਂ ਦੱਸਣ ਲੱਗੀ ਮੈਂ ਕਿਹੜੀ ਗਾਂ ਦਾ ਦੁੱਧ ਮਹਿੰਗਾ ਸ਼ਹਿਰ 'ਚ ਕਹਿੰਦੇ ਵੀ ਉਹ ਕਿਉਂ ਮੈਂ ਕਿਹਾ ਵੀ ਉੱਥੇ ਸਾਰੇ ਲੋਕ ਡਾਕਟਰ ਕਹਿ ਦਿੰਦੇ ਆ ਵੀ ਗਾਂ ਦਾ ਦੁੱਧ ਪੀਓ ਲੋਕ ਵੀ ਕਹਿੰਦੇ ਗਾਂ ਦਾ ਦੁੱਧ ਪੀਓ ਪਾਪਾ ਕਹਿੰਦੇ ਵੀ ਮੱਝ ਦਾ ਕਿਉਂ ਨਹੀਂ ਪਿੰਦੇ ਮੈਂ ਕਿਹਾ ਕਹਿੰਦੇ ਉਹਦੇ ਨਾਲ ਬੁੱਧੀ ਮੋਟੀ ਹੋ ਜਾਂਦੀ ਆ ਉਹ ਕਹਿੰਦੇ ਵੀ ਅਸਲ 'ਚ ਜਿਹੜਾ ਬੰਦਾ ਜਿਹੜੇ ਕਿੱਤੇ 'ਚ ਹੁੰਦਾ ਉਹਨੂੰ ਹੀ ਪਤਾ ਹੁੰਦਾ ਕਿ ਇਹਦਾ ਫਾਇਦਾ ਜਾਂ ਨੁਕਸਾਨ ਕੀ ਆ ਹਨਾ ਕਹਿੰਦੇ ਇਦਾਂ ਕਿਸੇ ਦੇ ਮਗਰ ਲੱਗ ਕੇ ਨਹੀਂ ਚੀਜ਼ਾਂ ਖਰੀਦੀਆਂ ਉਹ ਕਹਿੰਦੇ ਵੀ ਜਿਹੜੀਆਂ ਗਾਵਾਂ ਹੁਣ ਆਪਾਂ ਪੰਜਾਬ 'ਚ ਪਾਲ ਰਹੇ ਆ ਇਹ ਸਾਰੀਆਂ ਹਾਈਬ੍ਰਿਡ ਗਾਵਾਂ ਨੇ ਹਨਾ ਤੇ ਕਹਿੰਦੇ ਤੁਹਾਨੂੰ ਪਤਾ ਵੀ ਇਹਨਾਂ ਨੂੰ ਕਿੰਨੀ ਦਵਾਈ ਲੱਗਦੀ ਆ ਕਹਿੰਦੇ ਮੱਜ ਨੂੰ ਪੂਰੇ ਸਾਲ ਚੋਂ ਨਹੀਂ ਦਵਾਈ ਨਹੀਂ ਲੱਗਦੀ ਜਿੰਨੀ ਇੱਕ ਗਾਂ ਨੂੰ 15 ਦਿਨ ਚ ਲੱਗ ਜਾਂਦੀ ਆ ਤੇ ਕਹਿੰਦੇ ਉਹ ਦਵਾਈਆਂ ਵਾਲਾ ਦੁੱਧ ਪੀ ਕੇ ਤੁਸੀਂ ਕਹਿੰਦੇ ਕਿਹੜੀ ਤੁਹਾਡੀ ਬੁੱਧੀ ਦੁਰਸਤ ਰਹਿ ਚੁੱਕੀ ਬਿਲਕੁਲ ਸਹੀ ਆ ਤੇ ਉਹ ਮੇਰੇ ਡੈਡੀ ਹਮੇਸ਼ਾ ਕਹਿੰਨਗੇ ਵੀ ਜਦੋਂ ਅਸੀਂ ਜਾਂਦੇ ਆ ਪਿੰਡ ਵੀ ਇਹਨਾਂ گاਵਾਂ ਦਾ ਦੁੱਧ ਨਹੀਂ ਇਹਨਾਂ ਨੂੰ ਦੇਣਾ ਹਨਾ ਤੇ ਤੁਸੀਂ ਦੇਖੋ ਵੀ ਉਹਨਾਂ ਦਾ ਕਾਰੋਬਾਰ ਆ ਫਿਰ ਵੀ ਉਹ ਇਹ ਚੀਜ਼ ਸੋਚਦੇ ਆ ਕਿ ਇੰਨੀ ਜ਼ਿਆਦਾ ਦਵਾਈ ਨਾ ਲੱਗ ਜਾਏ ਕਿ ਕਿਸੇ ਨੂੰ ਨੁਕਸਾਨ ਹੋਵੇ ਹਨਾ ਪਰ ਆਪ ਦੇ ਕਾਰੋਬਾਰ ਦੇ ਹਿਸਾਬ ਨਾਲ ਹਰ ਬੰਦੇ ਨੂੰ ਟੰਗ ਕਰਨੇ ਪੈਂਦੇ ਆ ਪਰ ਆਪਾਂ ਦੇਖਾ ਰੱਖੀ ਕਿੰਨੀਆਂ ਚੀਜ਼ਾਂ ਨੇ ਇਹਦਾ ਮਤਲਬ ਜਿਹੜੀਆਂ ਅਸੀਂ ਸ਼ਹਿਰਾਂ 'ਚ ਅਸੀਂ ਦੇਖਦੇ ਆ ਸਵੇਰੇ ਲੋਕ ਡੋਲੂ ਚੁੱਕ ਕੇ ਦੋ-ਦੋ ਕਿਲੋਮੀਟਰ ਜਾਂਦੇ ਆ ਜੇ ਅਸੀਂ ਗਾਂ ਦਾ ਦੁੱਧ ਲੈਣ ਚੱਲੇ ਆ ਹੈਨਾ ਤੇ ਕਈ ਵਾਰੀ ਅਸੀਂ ਲਾਈ ਲੱਗ ਹੋ ਕੇ ਵੀ ਇਹੋ ਜਿਹੀਆਂ ਚੀਜ਼ਾਂ ਕਰਨੀਆਂ ਸ਼ੁਰੂ ਕਰ ਦਿੰਨੇ ਆ ਕਿ ਜਿਨ੍ਹਾਂ ਦਾ ਸਾਨੂੰ ਵਾਕੇ ਹੀ ਨਹੀਂ ਪਤਾ ਕਿ ਇਹਦਾ ਸਾਨੂੰ ਫਾਇਦਾ ਵੀ ਹੈ ਜਾਂ ਨਹੀਂ ਹੈਗਾ ਬਿਲਕੁਲ ਸਹੀ ਗੱਲ ਆ ਤੇ ਬਹੁਤੀਆਂ ਚੀਜ਼ਾਂ ਆਪਾਂ ਲਾਈ ਲੱਗ ਵੀ ਤੇ ਬਹੁਤੀਆਂ ਚੀਜ਼ਾਂ ਆਪਾਂ ਦਿਖਾਵੇ ਦੇ ਚੱਕਰ 'ਚ ਹੋਈਆਂ ਅਣ ਜਾਂ ਆਪਾਂ ਕਹਿ ਲੋ ਕਿ ਜਾਣੇ ਅਣਜਾਣੇ ਚ ਵੀ ਕਰ ਜਾਂਦੇ ਆ ਜਿਵੇਂ ਹੁਣ ਆਪਾਂ ਨੂੰ ਵੀ ਨਹੀਂ ਪਤਾ ਸੀ ਆਪਾਂ ਲੱਦੇ ਸੀਗਾ ਕਿ ਯਾਰ ਅ ਅੱਛਾ ਕਿਸੇ ਰਿਸ਼ਤੇਦਾਰ ਦਾ ਫੋਨ ਆ ਗਿਆ ਚਲ ਕੋਈ ਗੱਲ ਨਹੀਂ 15 ਮਿੰਟਾਂ ਚ ਸਬਜ਼ੀ ਬਣ ਜਾਣੀ ਆ ਤਿੰਨ ਸਿਟੀਆਂ ਚ ਦਾਲ ਬਣ ਜਾਣੀ ਆ ਹਨਾ ਆਪਾਂ ਨੂੰ ਇਹ ਚੀਜ਼ਾਂ ਲਾਉਂਦੀਆਂ ਨੇ ਰੋਟੀ ਅਸੀਂ ਗੈਸ ਤੇ ਉੱਤੇ ਪਕਾਉਣ ਲੱਗ ਗਏ ਫਲੇਮ ਦੇ ਉੱਤੇ ਦੇਖੋ ਸੇਕਣ ਦੇਖੋ ਸੇਕਣ ਲੱਗੇ ਜਿਹੜੀ ਕਿ ਨੀਰੀ ਜ਼ਹਿਰ ਆਪਣੇ ਲਈ ਹਨਾ ਸੋ ਉਹ ਚੀਜ਼ਾਂ ਮਿਲਦਾ ਕਈ ਥੀਸਾਂ ਪ ਜਾਣੇ ਅਣ ਜਾਣੇ ਚ ਵੀ ਕਰ ਦਿੰਦੇ ਆਪਾਂ ਨੂੰ ਨਹੀਂ ਪਤਾ ਹੁੰਦਾ ਪਰ ਥੋੜੇ ਥੋੜੇ ਡਾਕਟਰ ਬੰਦੇ ਨੂੰ ਆਪ ਨੂੰ ਵੀ ਹੋਣਾ ਚਾਹੀਦਾ ਹੈ ਨਾ ਸਿਹਤ ਦੇ ਮਾਮਲੇ ਚ ਕਿੱਟੂ ਗਟ ਸਾਨੂੰ ਇਹ ਪਤਾ ਹੋਣਾ ਚਾਹੀਦਾ ਵੀ ਜਿੰਨਾ ਮੈਂ ਦਿਨ ਚ ਖਾਦਾ ਉਹਦੇ ਚ ਕਿੰਨਾ ਆਇਰਨ ਸੀ ਕਿੰਨਾ ਕੈਲਸ਼ੀਅਮ ਸੀ ਕਿੰਨਾ ਪ੍ਰੋਟੀਨ ਸੀ ਕਿੰਨਾ ਉਹਦੇ ਵਿੱਚ ਮੈਂ ਕਾਰਬਸ ਲਏ ਨੇ ਥੋੜੀਆਂ ਥੋੜੀਆਂ ਚੀਜ਼ਾਂ ਬਾਰੇ ਆਪਾਂ ਨੂੰ ਜਾਣਕਾਰੀ ਹੋਣੀ ਚਾਹੀਦੀ ਆ ਵੀ ਜਿਹੜੀ ਮੈਂ ਆ ਚੀਜ਼ ਖਾ ਰਿਹਾ ਇਹਦੇ ਤੋਂ ਮੇਰੇ ਸਰੀਰ ਨੂੰ ਆ ਮਿਲ ਰਿਹਾ ਆ ਚੀਜ਼ ਮੈਂ ਖਾ ਰਿਹਾ ਇਹਦੇ ਮੇਰੇ ਸਰੀਰ ਇਹਦੇ ਤੋਂ ਮੇਰੇ ਸਰੀਰ ਨੂੰ ਇਹ ਚੀਜ਼ਾਂ ਜਾ ਰਹੀਆਂ ਨੇ ਹਨ ਅੱਪਾ ਜਿਵੇਂ ਆਪਾਂ ਕਹਿੰਨੇ ਵੀ ਅੱਜਕੱਲ ਨਿਆਣੇ ਇੰਨੇ ਜ਼ਿਆਦਾ ਬਿਮਾਰ ਹੋ ਰਹੇ ਨੇ ਉਹ ਇਸੇ ਕਰਕੇ ਹੋ ਰਹੇ ਨੇ ਵੀ ਆਪਾਂ ਨੂੰ ਪਤਾ ਹੀ ਨਹੀਂਗਾ ਵੀ ਆਪਾਂ ਨਿਆਣਿਆਂ ਨੂੰ ਦੇਣਾ ਕੀ ਆ ਹਨਾ ਕਈ ਵਾਰੀ ਡਾਕਟਰ ਕਹ ਦੂਗਾ ਇਹਨੂੰ ਠੰਡ ਦੀ ਸ਼ਿਕਾਇਤ ਆ ਹਨਾ ਤਾਂ ਆਪਾਂ ਉਹਨੂੰ ਹਰ ਤਰ੍ਹਾਂ ਦਾ ਫਰੂਟ ਹੀ ਦੇਈ ਜਾਂਦੇ ਆ ਹਨਾ ਮੈਨੂੰ ਹੁਣ ਰੀਸੈਂਟਲੀ ਪਤਾ ਲੱਗਿਆ ਵੀ ਜਿਹਦੇ ਵਿੱਚ ਸਿਟਰਿਕ ਐਸਿਡ ਹੁੰਦਾ ਉਹ ਫਰੂਟ ਬਿਲਕੁਕੁਲ ਹੀ ਬੰਦ ਕਰ ਦੇਣੇ ਚਾਹੀਦੇ ਨੇ ਉਸ ਟਾਈਮ ਨਿਆਣਿਆਂ ਨੂੰ ਹਨਾ ਜਾਂ ਆਪਣੇ ਸਿਆਣੇ ਕਰਦੇ ਹੁੰਦੇ ਸੀ ਮੰਨ ਲਓ ਕਿਸੇ ਦੀ ਛਾਤੀ ਜਾਮ ਹੋ ਗਈ ਜਾਂ ਉਹਨੂੰ ਬਲਗਮ ਕਾਲੀ ਮਿਲ ਚ ਸ਼ਾਇਦ ਦੇ ਕੇ ਠੀਕ ਕਰਦੇ ਕਾਲੀ ਮਿਲ ਚ ਸ਼ਾਇਦ ਜਾਂ ਕਹਿੰਦੇ ਹੁੰਦੇ ਸੀ ਤਵਾ ਛਣਕਾ ਕੇ ਦੇ ਦੋ ਉਹਨੂੰ ਵੀ ਤਵੇ ਤੇ ਪਾਣੀ ਛਣਕਾ ਕੇ ਉਹ ਠੰਡਾ ਕਰਕੇ ਨਿਆਣੇ ਨੇ ਦੇ ਦੋ ਵੀ ਸਾਰੀ ਬਲਗਮ ਨਿਆਣੇ ਦੇ ਬਾਹਰ ਆ ਜਾਂਦੀ ਆ ਉਹਦੇ ਨਾਲ ਨਾ ਬਲੇ ਛੋਟੀ ਛੋਟੀਆਂ ਚੀਜ਼ਾਂ ਵੀ ਇਹ ਤਾਂ ਅਨਪੜ੍ਹ ਲੋਕਾਂ ਦੀਆਂ ਗੱਲਾਂ ਨੇ ਜਾਂ ਇਹ ਤਾਂ ਮਤਲਬ ਪ੍ਰਾਣੀਆਂ ਗੱਲਾਂ ਹੋ ਗਈਆਂ ਆਪਾਂ ਨੂੰ ਦਵਾਈ ਦੇਣੀ ਜਾਂਦਾ ਸੌਖੀ ਲੱਗਦੀ ਹੈ ਨਿਆਣੇ ਨੂੰ ਪਰਹੇਜ ਦੇ ਨਾਲੋਂ ਹਨਾ ਜਿਹੜੇ ਕੇਵਰੀ ਪਰ ਡਾਕਟਰ ਵੀ ਅਜਿਹਾ ਕਹਿੰਦੇ ਸੱਚੀ ਇਦਾਂ ਦੇ ਹੋ ਗਏ ਨੇ ਵੀ ਜਿੰਨੀ ਦੇਰ ਤੱਕ ਤੁਸੀਂ ਪੁੱਛਣ ਦੱਸ ਦੇਣੀ ਵੀ ਇਹਨੂੰ ਕੀ ਖਾਣ ਨੂੰ ਦੇਣਾ ਕੀ ਨਹੀਂ ਦੇਣਾ ਹੈਗਾ ਹਨ ਤੇ ਦੂਸਰੇ ਤੁਹਾਨੂੰ ਆਪ ਨੂੰ ਵੀ ਨਹੀਂ ਪਤਾ ਹੁੰਦਾ ਇਹ ਮਿਲਦਾ ਹੈ ਕਿ ਜਾਣੇ ਅਣਜਾਣੇ ਜਾਂ ਅਣਗੈਲੀ ਆੜੀਆਂ ਗੱਲਾਂ ਨੇ ਇਹਦੇ ਬਾਰੇ ਵੀ ਸਾਨੂੰ ਸਾਰਿਆਂ ਨੂੰ ਥੋੜੀ ਥੋੜੀ ਨੋਲੇਜ ਤਾਂ ਹੋਣੀ ਚਾਹੀਦੀ ਆ ਗੁਰਦੀਪ ਪਹਿਲਾਂ ਤੁਸੀਂ ਦੇਖੋ ਕਿ ਜਦੋਂ ਜਿਹੜੀ ਰੋਟੀ ਆਪਾਂ ਚੁੱਲੇ ਤੇ ਬਣਾ ਕੇ ਖਾਂਦੇ ਹੁੰਦੇ ਸੀਗੇ ਹਨਾ ਉਹਦਾ ਸਵਾਦ ਤੇ ਹੁਣ ਜਿਹੜੀ ਆਪਾਂ ਗੈਸ ਤੇ ਰੋਟੀ ਬਣਾ ਕੇ ਖਾਂਦੇ ਆ ਉਹ ਚ ਕਿੰਨਾ ਫਰਕ ਆ ਹੈਨਾ ਅਸੀਂ ਚੀਜ਼ ਦੇ ਸਵਾਦ ਤੋਂ ਵੀ ਜੱਜ ਕਰਦੇ ਵੀ ਜਿਹਦੇ ਚ ਸਵਾਦ ਨਹੀਂ ਇਹਦੇ ਚ ਸਿਹਤ ਕਿਵੇਂ ਹੋ ਸਕਦੀ ਅੱਗੇ ਜਿਹੜੀ ਆਪਾਂ ਰੋਟੀ ਚੁੱਲੇ ਤੇ ਰਾੜਦੇ ਹੁੰਦੀ ਸੀਗੇ ਉਹਨੂੰ ਮੱਲੋ ਮੱਲੀ ਸਵਾਹ ਲੱਗੀ ਰਹਿ ਜਾਂਦੀ ਸੀਗੀ ਤੇ ਆਪਾਂ ਕਹਿੰਨੇ ਰੋਟੀਆਂ ਨੂੰ ਸਵਾਹ ਲੱਗੀ ਪਈਆਂ ਹੈਨਾ ਕਿਸੇ ਨੇ ਸਵਾਹ ਵਾਲੀ ਬ੍ਰੈਡ ਬਣਾਈ ਸੀਗੀ ਕਿਸੇ ਦੂਜੀ ਕੰਟਰੀ ਦੇ ਵਿੱਚ ਜਾ ਕੇ ਤੇ ਉਹਨਾਂ ਨੂੰ ਉਸ ਚੀਜ਼ ਦੇ ਲਈ ਆਨਰ ਕੀਤਾ ਗਿਆ ਸੀਗਾ ਉਹਨੂੰ ਕਹਿ ਦਿੰਦੇ ਨੇ ਕਿ ਕਾਰਬਨ ਬ੍ਰੈਡ ਹਨਾ ਜਿ ਕਿੰਨੇ ਆਪਣੇ ਫੇਸ ਵਾਸ਼ ਵੀ ਆ ਗਏ ਹਾਂ ਇਹਦੇ ਚ ਕਾਰਬਨ ਹੁੰਦਾ ਇਹ ਹੁੰਦਾ ਕਿਉਂਕਿ ਮਿੱਟੀ ਘਟ ਜਿਹੜੀ ਉਹ ਕਾਰਬਨ ਹੁੰਦੀ ਆ ਸਵਾਹ ਆਪਣੇ ਸਰੀਰ ਅੰਦਰ ਜਾਂਦੀ ਸੀ ਉਹ ਜਿੰਨੇ ਸਰੀਰ ਦੀ ਮੈਣ ਸੀ ਉਹ ਇੱਕ ਜਗ੍ਹਾ ਤੇ ਇਕੱਠੀ ਕਰ ਲੈਂਦੀ ਹੁੰਦੀ ਸੀ ਤੇ ਉਹ ਫਿਰ ਆਪਣੇ ਫਲਸ਼ ਆਊਟ ਹੁੰਦੀ ਸੀਗੀ ਹਨਾ ਤੇ ਹੁਣ ਆਪਾਂ ਖਾਈ ਜ਼ਹਿਰ ਰਹੇ ਆ ਤੇ ਫਲਸ਼ ਆਊਟ ਤਾਂ ਕੀ ਬਣਾਇਆ ਹਨਾ ਆਪਾਂ ਨੂੰ ਇਹ ਲੱਗਦਾ ਹੁੰਦਾ ਸੀਗਾ ਹਾਈ ਸਵਾਹ ਲੱਗੀ ਰੋਟੀ ਕਿਸੇ ਦੀ ਪਲੇਟ ਚ ਨੱਤਰ ਹੀ ਜਾਵੇ ਹਾਈ ਲਿਆ ਸ਼ਾਬੇ ਚ ਤੁਸੀਂ ਸਵਾਹ ਲੱਗੀ ਰੋਟੀ ਧਰੀ ਪਈ ਆ ਹਨਾ ਮਿਲਦਾ ਜਿਹੜੇ ਸ਼ਾਬੇ ਵੀ ਸੀਗੇ ਉਹਨਾਂ ਦਾ ਵੀ ਬੜਾ ਮਹੱਤਵ ਹੁੰਦਾ ਸੀਗਾ ਜਿਹੜੀ ਬੇਹੀ ਰੋਟੀ ਹੁੰਦੀ ਆ ਜਿਹੜੀ ਖੁੱਲੀ ਹਵਾ ਚ ਪਈ ਹੁੰਦੀ ਆ ਮੰਨ ਲਓ ਜਿਵੇਂ ਆਪਣੇ ਅੱਗੇ ਕਿੜੇ ਲੱਕੜ ਦੇ ਆਪਾਂ ਛਟੀਆਂ ਦੇ ਸ਼ਾਬੇ ਹੁੰਦੇ ਸੀਗੇ ਆਪਣੇ ਪੂੜੇ ਚ ਰੋਟੀ ਹੁੰਦੀ ਸੀ ਰੋਟੀ ਨੂੰ ਹਵਾ ਲੱਗਦੀ ਸੀਗੀ ਹਨਾ ਪੂਰਨੇ ਦੇ ਨਾਲ ਹਵਾ ਲੱਗਦੀ ਹੁਣ ਆਪਾਂ ਹੌਟ ਕੇਸ ਲੈ ਆਂਦੇ ਰੋਟੀ ਦਾ ਸਾਹੀ ਬੰਦ ਹੋ ਗਿਆ ਉੱਤੋਂ ਹੁੰਦੇ ਵੀ ਵੈਸੇ ਜ਼ਿਆਦਾਤਰ ਪਲਾਸਟਿਕ ਪਲਾਸਟਿਕ ਵਾਲੇ ਹੁੰਦੇ ਨੇ ਰੋਟੀ ਦਾ ਸਾਹੀ ਬੰਦ ਹੋ ਗਿਆ ਨਾ ਉਹਨੂੰ ਧੁੱਪ ਲੱਗ ਰਹੀ ਹੈ ਨਾ ਉਹਨੂੰ ਹਵਾ ਲੱਗ ਰਹੀ ਹੈ ਤੇ ਅੱਗੇ ਸਿਆਣੇ ਲੋਕ ਆਪਾਂ ਕਹਿੰਦੇ ਵੀ ਕਿਉਂ ਤੰਦਰੁਸਤ ਸੀਗੇ ਹੈ ਤਾਂ ਆਪਾਂ ਹੀ ਬੇਫਕੂਫਾਂ ਵੀ ਆਪਾਂ ਉਹਨਾਂ ਚੀਜ਼ਾਂ ਨੂੰ ਫੋਲੋ ਨਹੀਂ ਕੀਤਾ ਹੈਗਾ ਉਹ ਕੀ ਕਰਦੇ ਸੀ ਰਾਤ ਦੀ ਜਿਹੜੀ ਛਾਬੇ 'ਚ ਰੋਟੀ ਪਈ ਹੁੰਦੀ ਸੀ ਕਿਤਾ ਜਿਵੇਂ ਚੁੱਲ੍ਹੇ ਚੋਂਕੇ ਹੁੰਦੇ ਸੀਗੇ ਬਾਹਰ ਹੀ ਸਾਰਾ ਕੁਝ ਪਿਆ ਹੁੰਦਾ ਸੀ ਰੋਟੀ ਤੇ ਤਰੇਲ ਵੀ ਪੈ ਜਾਂਦੀ ਸੀ ਰੋਟੀ ਨੂੰ ਹਵਾ ਵੀ ਲੱਗਦੀ ਸੀ ਰੋਟੀ ਨੂੰ ਧੁੱਪ ਵੀ ਲੱਗਦੀ ਸੀ ਤੇ ਉਹ ਸਭ ਤੋਂ ਗੁਣਕਾਰੀ ਚੀਜ਼ ਹੁੰਦੀ ਆ ਦੂਜੇ ਦਿਨ ਸਵੇਰੇ ਉੱਠ ਕੇ ਖਾਣ ਦੇ ਲਈ ਹੁਣ ਆਪਾਂ ਕਹਿੰਦੇ ਨਾ 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 ਬੇਰੋਟੀ ਨਾ ਦੋ ਨਿਆਣੇ ਨੂੰ ਮੈਂ ਤਾਜੀ ਲਾ ਦੇਣੀ ਆ ਕਿੰਨਾ ਕੀ ਟਾਈਮ ਲੱਗਣਾ ਨਾ ਆਪਾਂ ਨੂੰ ਇਹ ਲੱਗਦਾ ਕਿ ਸ਼ਾਇਦ ਬੇਹੀ ਖਵਾ ਕੇ ਆਪਾਂ ਨਿਆਣੇ ਨੂੰ ਬਿਮਾਰ ਕਰ ਦਾਂਗੇ ਹਨ ਪਰ ਹੈਗਾ ਉਲਟ ਕਿ ਅਸੀਂ ਤਾਜੀ ਰੋਟੀ ਜਿਹੜੀ ਗੈਸ ਤੇ ਬਣਾ ਕੇ ਉਹਨੂੰ ਦੇ ਰਹੀਆਂ ਉਹ ਉਹਦੇ ਲਈ ਨੁਕਸਾਨਦੇ ਆ ਅੱਗੇ ਲੋਕੀ ਬੇਹੀ ਰੋਟੀ ਨੂੰ ਸਵੇਰੇ ਦੁੱਧ ਚ ਜਾਂ ਦਹੀਂ ਚ ਚੂਰ ਕੇ ਆਹ ਚੂਰ ਕੇ ਖਾਂਦੇ ਪੂਰਾ ਕਲੂਨ ਪਾ ਕੇ ਫੇਰ ਖਾਂਦੇ ਹੁੰਦੇ ਸੀ ਫੇਰ ਖਾਂਦੇ ਹੁੰਦੇ ਸੀ ਤੁਸੀਂ ਦੇਖੋ ਗੁਰਦੀਪ ਆਪਾਂ ਨਾ ਜਦੋਂ ਕੋਈ ਬੰਦਾ ਨਸ਼ਾ ਕਰਦਾ ਨਾ ਆਪਾਂ ਉਹਨੂੰ ਰੋਕਦੇ ਆ ਵੀ ਇਹ ਤੇਰੀ ਸਿਹਤ ਖਰਾਬ ਕਰੂਗਾ ਹਨਾ ਆਪਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਖਰਾਕ ਵੀ ਕਈ ਵਾਰ ਉਸ ਤੋਂ ਜ਼ਿਆਦਾ ਸਿਹਤ ਖਰਾਬ ਕਰ ਦਿੰਦੀ ਆ ਹੁਣ ਤੁਸੀਂ ਦੇਖੋ ਕਿ ਘਰਾਂ 'ਚ ਜ਼ਿਆਦਾਤਰ ਬੀਬੀਆਂ ਨੇ ਬਿਮਾਰ ਨੇ ਕਿਉਂ ਨੇ ਕੋਈ ਕੰਮ ਨਹੀਂ ਹੈਗਾ ਚਾਹ ਬਣਾ ਲਓ ਤੇ ਅੱਛਾ ਜੀ ਜਿਆ ਨਹੀਂ ਲੱਗ ਰਿਹਾ ਚਾਹ ਬਣਾ ਲਓ ਮੌਸਮ ਡੰਡਾ ਹੋ ਗਿਆ ਚਾਹ ਬਣਾ ਲਓ ਸਾਰਾ ਦਿਨ ਚਾਹ ਬਣਾ ਲਓ ਹੈਨਾ ਤੇ ਉਹ ਜਿਵੇਂ ਆਪਾਂ ਨੂੰ ਡਾਕਟਰ ਅਮਰਵੀਰ ਨੇ ਹੀ ਦੱਸਿਆ ਸੀ ਕਿ ਉਹਨਾਂ ਦੇ ਇੱਕ ਰਿਸ਼ਤੇਦਾਰ ਸੀਗੇ ਉਹਨਾਂ ਨੂੰ ਕੈਂਸਰ ਸੀ ਵੀ ਮੈਂ ਉਹਨਾਂ ਨੂੰ ਕਿਹਾ ਚਾਹ ਨਹੀਂ ਪੀਣੀ ਤੁਸੀਂ ਅੱਜ ਤੋਂ ਬਾਅਦ ਹਨਾ ਵੀ ਉਹਨਾਂ ਨੇ ਉਸੇ ਵਕਤ ਚਾਹ ਛੱਡਤੀ ਪਰ ਅਗਲੇ ਮਿੰਟ ਚਾਹ ਆਈ ਤਾਂ ਉਹਨਾਂ ਨੇ ਕਿਹਾ ਮੈਂ ਨਹੀਂ ਪੀਣੀ ਤੇ ਤੁਸੀਂ ਦੇਖੋ ਵੀ ਜਿਹੜੀ ਚਾਹ ਸਾਡੀ ਬਿਮਾਰੀ ਨੂੰ ਵਧਾ ਰਹੀ ਆ ਇਹ ਨਹੀਂ ਹੋ ਸਕਦਾ ਵੀ ਉਹੀ ਚਾਹ ਸਾਡੀ ਬਿਮਾਰੀ ਪੈਦਾ ਵੀ ਕਰ ਰਹੀ ਹੋਵੇ ਹਨਾ ਆਪਾਂ ਦਿਨ ਚ ਕਿੰਨੀ ਚਾਹ ਪੀਂਦੇ ਆ ਬੀਬੀਆਂ ਚਾਰ ਕੱਪ ਚਾਹ ਪੀ ਲੈਣਗੀਆਂ ਸ਼ਾਮ ਨੂੰ ਤਜਾਬ ਦੀ ਗੋਲੀ ਖਾ ਲੈਣਗੀਆਂ ਹਨਾ ਜਦ ਕਿ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਮੈਂ ਕਾਸ਼ ਮੈਂ ਪੂਰੇ ਦਿਨ ਚ ਚਾਹ ਹੀ ਨਾ ਪੀਤੀ ਹੁੰਦੀ ਤੇ ਅਸੀਂ ਆਪਣੇ ਸਰੀਰ ਦੀ ਭਾਸ਼ਾ ਵੀ ਨਹੀਂ ਸਮਝਦੇ ਹੈਗੇ ਵੀ ਉਹ ਸਾਨੂੰ ਕੀ ਦੱਸ ਰਿਹਾ ਤੇ ਅਸੀਂ ਉਹਦੇ ਤੇ ਕੀ ਕਰਨਾ ਸਾਨੂੰ ਸਭ ਨੂੰ ਪਤਾ ਹੁੰਦਾ ਕਿ ਬਹੁਤ ਜ਼ਿਆਦਾ ਨਿਗਾ ਲਾਉਣਾ ਜਾਂ ਸਾਡਾ ਸਿਰ ਦੁਖਦਾ ਜਾਂ ਜਦੋਂ ਅਸੀਂ ਮਤਲਬ ਸਾਰਾ ਦਿਨ ਕੋਈ ਚੀਜ਼ ਪੜ੍ਹੀ ਜਾਂਦੇ ਆ ਜਾਂ YouTube ਤੇ ਆਪਾਂ ਚੀਜ਼ਾਂ ਫੋਨ ਦੇਖੀ ਜਾਂਦੇ ਆ ਲੈਪਟਾਪ ਦੇਖੀ ਜਾਂਦੇ ਫਿਰ ਵੀ ਅਸੀਂ ਸ਼ਾਮ ਨੂੰ ਗੋਲੀ ਖਾ ਲਾਂਗੇ ਪਰ ਅਸੀਂ ਉਹ ਦੇਖਣਾ ਨਹੀਂ ਛੱਡਦੇ ਹੈਨਾ ਜੇ ਕਿਸੇ ਨੂੰ ਪਤਾ ਕਿ ਮੇਰੇ ਚ ਕਮੀ ਆ ਮੇਰੇ ਚ ਵਿਟਾਮਿਨ ਡੀ ਦੀ ਕਮੀ ਆ ਉਹ ਪਾਊਚ ਪੀ ਲੂਗਾ ਪਰ ਜਾ ਕੇ ਤੁੱਪੇ ਨਹੀਂ ਬੈਠੂਗਾ ਤੇ ਇਹਦਾ ਮਤਲਬ ਸਰੀਰ ਦੀ ਬੋਲੀ ਤਾਂ ਅਸੀਂ ਸਮਝੇ ਨਹੀਂ ਰਹੀ ਅਸੀਂ ਇਹ ਕਿੰਨੇ ਵਿਟਾਮਿਨ ਲੈ ਲੋ ਕਹਿੰਦੇ ਨੇ ਕਿ ਮੈਂ ਇੰਨੀ ਮਹਿੰਗੀ ਡੱਬੀ ਲਿਆ ਕੇ ਖਾ ਰਿਆ ਪਰ ਉਹਨੂੰ ਇਹ ਨਹੀਂ ਪਤਾ ਵੀ ਜੇ ਮੈਂ ਰੋਟੀ ਉਚ ਅੱਜ ਦੀ ਖਾ ਲਾਂ ਤਾਂ ਮੈਨੂੰ ਉਹ ਚੋ ਵੀ ਮਿਲ ਜਾਣਗੇ ਕਿੰਨੇ ਕੁ ਕਰਨੇ ਜਿੰਨਾਂ 'ਚ ਹੋਣਾ ਪੰਜੀਰੀਆਂ ਜਾਂ ਕੁਝ ਇਹੋ ਜਿਹਾ ਬਣਦਾ ਜਿਹੜਾ ਉਹਨਾਂ ਲਈ ਸਿਆਲ ਚ ਖਾਣਾ ਜਾਂ ਲਾਜ਼ਮੀ ਆ ਮੈਨੂੰ ਨੀ ਅਸੀਂ ਮੋٹے ਹੋਣ ਤੋਂ ਡਰ ਲੱਗਦੀ ਜਾਂਦਾ ਅਸੀਂ ਸਬਜ਼ੀ ਚਾਹ ਕੇ ਰਾਜੀ ਕਿਉਂ ਨਹੀਂ ਖਾਂਦੇ ਦੇਖ ਲਓ ਹਣਾ ਫਿਰ ਅਸੀਂ ਕਹਿੰਦੇ ਆ ਕਿ ਮੇਰੇ ਹੱਥ ਪੈਰ ਵੱਜਦੇ ਨੇ ਮੈਨੂੰ ਅੰਦਰੋਂ ਡਰਾਈਨੈਸ ਮਹਿਸੂਸ ਹੋ ਰਹੀ ਆ ਫਲਾਣੀ ਚੀਜ਼ ਮਹਿਸੂਸ ਹੋ ਰਹੀ ਆ ਇੱਕ ਦਿਨ ਅਸੀਂ ਘਰੇ ਬੈਠੇ ਤੇ ਮੈਂ ਬੱਚਿਆਂ ਨੂੰ ਕਿਹਾ ਸਿਰ ਨੂੰ ਤੇਲ ਲਵਾ ਲਓ ਹਨਾ ਉਹ ਕਹਿੰਦੇ ਨਹੀਂ ਰਾਤ ਨੂੰ ਨਹੀਂ ਲਵਾਉਣਾ ਮੈਂ ਕਿਹਾ ਕਿਉਂ ਕਹਿੰਦੇ ਸਿਰਾਂ ਨੇ ਖਰਾਬ ਹੋ ਜਾਣਗੇ ਮੈਂ ਕਿਹਾ ਯਾਰ ਸਿਰਾਂ ਨੇ ਚਾਹੀਦੇ ਨੇ ਕਿ ਸਿਰ ਚਾਹੀਦੇ ਨੇ ਹਨਾ ਮਤਲਬ ਕਈ ਚੀਜ਼ਾਂ ਤਾਂ ਅਸੀਂ ਸਿਰਫ ਕਿ ਚੀਜ਼ਾਂ ਨਾ ਖਰਾਬ ਹੋ ਜਾਣ ਉਸ ਚੱਕਰ 'ਚ ਹੀ ਨਹੀਂ ਅਸੀਂ ਕਰਦੇ ਦੇਖੋ ਸਾਨੂੰ ਆਪਣੀ ਤੰਦਰੁਸਤੀ ਨਹੀਂ ਪਿਆਰੀ ਸਾਨੂੰ ਇਹਦਾ ਕਿ 400 ਦਾ ਛਾੜ ਨਾ ਖਰਾਬ ਹੋ ਜਾਵੇ ਨਹੀਂ ਸਹੀ ਗੱਲ ਹੈ ਨਹੀਂ ਥੋੜੀਆਂ-ਥੋੜੀਆਂ ਚੀਜ਼ਾਂ ਆਪਾਂ ਨੂੰ ਚਲ ਠੀਕ ਆ ਤੁਹਾਡੇ ਕੋ ਸਮਾਂ ਵੀ ਘਟਾ ਸਾਫ ਸਫਾਈ ਵੀ ਅੱਜਕਲ ਜ਼ਰੂਰੀ ਹੋ ਜਾਂਦੀ ਹੈ ਕਿਉਂਕਿ ਜਦੋਂ ਕੋਈ ਰਿਸ਼ਤੇਦਾਰ ਤੁਹਾਡੇ ਘਰੇ ਆਉਂਦਾ ਉਹ ਇੱਥੇ ਹੀ ਤੁਹਾਨੂੰ ਜੱਜ ਕਰੀ ਜਾਂਦਾ ਲਿਖਿਆ ਲਿਖਿਆ ਘਰੇ ਪੂਰਾ ਸਫਾਈ ਨਹੀਂ ਸੀਗੀ ਹੈਨਾ ਚਲੋ ਉਹ ਵੀ ਚੀਜ਼ਾਂ ਠੀਕ ਨਹੀਂ ਪਰ ਨਾਲ ਦੀ ਨਾਲ ਤੁਹਾਡਾ ਚੰਗਾ ਦਿਸਣ ਦੇ ਲਈ ਤੁਹਾਡਾ ਤੰਦਰੁਸਤ ਰਹਿਣ ਦੇ ਲਈ ਤੁਹਾਡਾ ਚੰਗਾ ਖਾਣਾ ਵੀ ਜ਼ਰੂਰੀ ਆ ਜਿਹਨੂੰ ਅਸੀਂ ਚੰਗਾ ਕਹਿ ਕੇ ਖਾ ਵੀ ਰਹੇ ਹਾਂ ਤਾਂ ਕੀ ਸਾਡੇ ਬਣਾਉਣ ਦਾ ਢੰਗ ਉਹਨੂੰ ਸਹੀ ਆ ਮਤਲਬ ਕਿੰਨੀਆਂ ਚੀਜ਼ਾਂ ਨੇ ਮੈਂ ਕਿੰਨੀਆਂ ਜਿਹੜੀਆਂ ਕਿ ਗੱਲ ਤੇ ਗੱਲ ਪ੍ਰੋਗਰਾਮ ਚ ਆਪਾਂ ਹਮੇਸ਼ਾ ਗੱਲ ਕਰਦੇ ਨੇ ਕਿ ਸਭ ਤੋਂ ਜ਼ਿਆਦਾ ਆਪਾਂ ਸਿੱਖੇ ਹੋਵਾਂਗੇ ਹਨਾ ਜ ਜਦੋਂ ਆਪਾਂ ਕਿਸੇ ਕੋਲੇ ਬੈਠਦੇ ਆਂ ਘੱਟੋ ਘੱਟ ਜਿਹੜੀ ਚੀਜ਼ ਬਾਰੇ ਤੁਹਾਨੂੰ ਨਹੀਂ ਵੀ ਪਤਾ ਹੁੰਦਾ ਤੁਸੀਂ ਜੇ ਤੁਸੀਂ ਨਹੀਂ ਵੀ ਕਰ ਰਹੇ ਸੀ ਉਸ ਤੋਂ ਪਹਿਲਾਂ ਤੁਸੀਂ ਸਿੱਖ ਕੇ ਕਰਨ ਦੀ ਕੋਸ਼ਿਸ਼ ਕਰਦੇ ਹੋ ਨਾ ਜਿਵੇਂ ਬਹੁਤੇ ਭਾਂਡੇ ਨੇ ਹੁਣ ਲੋਕੀ ਸਰਬ ਲੋਹ ਦੇ ਭਾਂਡਿਆਂ ਤੇ ਆ ਰਹੇ ਨੇ ਦੁਵਾਰਾ ਤੋਂ ਪਿੱਤਲ ਤੇ ਤਾਂਬਾ ਘਰਾਣ ਚ ਆ ਰਿਹਾ ਹਨਾ ਤਾ ਕਿੰਨੀ ਸੀਗੇ ਵੀ ਜਿਵੇਂ ਹੁਣ ਆਪਣੀ ਉਮਰ ਦੀਆਂ ਕੁੜੀਆਂ ਜਾ ਕੇ ਕਈ ਵਾਰੀ ਸੱਸਾਂ ਨਾਲ ਲੜ ਪੈਂਦੀਆਂ ਨੇ ਕਿ ਪੁਰਾਣੇ ਭਾਂਡਿਆਂ ਨਾਲ ਰਸੋਈ ਭਰੀ ਪਈ ਆ ਹਨਾ ਤੇ ਮੈਨੂੰ ਲੱਗਦਾ ਕਿ ਉਹ ਉਹਦਾ ਕੋਈ ਪੜ੍ਹਾਈ ਲਿਖਾਈ ਨਵੇਂ ਪੁਰਾਣੇ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਸਗਰ ਤੇ ਪੜ੍ਹੇ ਲਿਖੇ ਜੇ ਆਪਾਂ ਤਾਂ ਆਪਾਂ ਨੂੰ ਤਾਂ ਫਿਰ ਜ਼ਿਆਦਾ ਪਤਾ ਹੋਣਾ ਚਾਹੀਦਾ ਕਿ ਯਾਰ ਇਹ ਚੀਜ਼ਾਂ ਸਾਡੀ ਸਿਹਤ ਦੇ ਲਈ ਜ਼ਰੂਰੀ ਨੇ ਜੀਆਂ ਹਨਾ ਜਾਂ ਕਿਹੜੀ ਸਬਜੀ ਕਿਵੇਂ ਬਣਾਉਣੀ ਆ ਹਨਾ ਵੀ ਸਾਰੇ ਜਿਹੜੀ ਮੈਂ ਚੁੱਲ੍ਹੇ ਤੇ ਥੋੜੀ ਮੱਥਾ ਮਾਰੂਗੀ ਕੋਈ ਆਲਟਰਨੇਟ ਲੱਭ ਲੋ ਉਹਦਾ ਪਰ ਕੋਸ਼ਿਸ਼ ਕਰੋ ਵੀ ਜੇ ਮਹੀਨੇ ਚ 15 30 ਦਿਨ ਖਾਣਾ ਬਣਾਉਂਦਾ ਆਪਣੇ ਵੀ ਕੋਸ਼ਿਸ਼ ਕਰੀਏ ਵੀ 15 ਦਿਨ ਤੱਕ ਘਟੋ ਘਟਾਪਾ ਸ਼ੁਰੂਆਤ ਕਰ ਲਈਏ ਵੀ ਹਾਂ 15 ਦਿਨ ਆਪਾਂ ਉਸ ਤਰੀਕੇ ਨਾਲ ਖਾਣਾ ਬਣਾ ਕੇ ਖਾਈਏ ਜਿਹੜਾ ਲੱਗੇ ਕਿ ਇਹਦੇ ਚ ਜਿਹੜਾ 100% ਦੇ ਤੱਤ ਸੀਗੇ ਉਹਦੇ ਚ 98% ਤਾਂ ਸਾਨੂੰ ਮਿਲੇ ਨੇਗੇ ਹਣਾ ਹੁਣ ਦੇਖੋ ਆਪਾਂ ਸਫਰ ਚ ਵੀ ਨਾ ਵੈਸੇ ਆਪਾਂ ਸਭ ਤੋਂ ਵੱਡੀ ਗਲਤੀ ਸਫਰਾਂ ਚ ਕਰਦੇ ਆ ਆਪਾਂ ਸਫਰ ਤੇ ਜਾਣਾ ਹੁੰਦਾ 2 ਦਿਨ ਮੰਨ ਲਓ ਅਸੀਂ ਕਿਤੇ ਛੁੱਟੀਆਂ ਕੱਟਣ ਹੀ ਜਾਂਦੇ ਆ ਆਪਾਂ ਕਿੰਨਾ ਬਾਜ਼ਾਰੋਂ ਗੰਦ ਖਰੀਦ ਕੇ ਲਿਆਉਂਦੇ ਆ ਵਾ ਵਾ ਭਰ ਲੈਨੇ ਆ ਚਿਪਸਾਂ ਦਾ ਉੱਤੋਂ ਆਪਾਂ ਪਤਾ ਕੀ ਆਪਾਂ ਉਸ ਉਸ ਦਿਨ ਦੀ ਲਿਬਰਟੀ ਲੈਣੀ ਵੀ ਅੱਜ ਤਾਂ ਅਸੀਂ ਘੁੰਮਣ ਜਾ ਰਹੇ ਹਾਂ ਦੇਖੋ ਆਪਾਂ ਉਸ ਦਿਨ ਗੱਲ ਕੀਤੀ ਸੀ ਕਿ ਸਕੰਜਵੀ ਬਣਾਉਣ ਦੀ ਬਜਾਏ ਅਸੀਂ 90 ਰੁਪਏ ਦੀ ਜ਼ੈਰ ਖਰੀਦ ਲਿਓਨੇ ਆ ਬਾਹਰੋਂ ਜਾ ਕੇ ਹਨਾ ਤੇ ਸਫਰ ਚ ਕਿੰਨਾ ਕੁਛ ਆ ਸੱਚੀ ਅਸੀਂ ਮੈਨੂੰ ਲੱਗਦਾ ਜਿਹੜਾ ਪੂਰੇ ਮਹੀਨੇ ਚ ਗੰਦ ਨਹੀਂ ਕਰਦਾ ਹੁੰਦਾ ਉਹ ਅਸੀਂ ਸਾਰੇ ਇੱਕ ਦਿਨ ਚ ਖਾਣ ਦੀ ਕੋਸ਼ਿਸ਼ ਕਰ ਲੈਂਦੇ ਆ ਜਦ ਕਿ ਮੈਨੂੰ ਲੱਗਦਾ ਜੇ ਤੁਸੀਂ 10 ਪਰੌਂਠੇ ਬਣਾਓ ਤੇ ਥੋੜੇ ਜਿਹਾ achar sabzi ਨਾਲ ਲਾਜੋ ਤੁਹਾਨੂੰ ਜ਼ਿਆਦਾ ਲੁਤਫ ਦਿੰਦੇ ਨੇ ਰਸਤੇ 'ਚ ਹੈ ਨਾ ਵੈਸੇ ਵੀ ਜਿਵੇਂ ਹੁਣ ਆਪਾਂ ਰੋਲ ਬਾਹਰੋਂ ਖਰੀਦ ਕੇ ਖਾਂਦੇ ਆ ਰੈਪ ਬਾਹਰੋਂ ਖਰੀਦ ਕੇ ਖਾਂਦੇ ਆ ਉਹ ਘਰੇ ਵੀ ਬਣ ਜਾਂਦੇ ਨੇਗੇ ਆਪਣੇ ਹੈ ਨਾ ਸਾਡੀ ਭੂਆ ਉਹਨੂੰ ਕੁਕਿੰਗ ਦਾ ਬੜਾ ਸ਼ੌਂਕ ਆ ਤੇ ਹੁਣ ਤਾਂ ਚਲੋ ਜਿਵੇਂ ਮੇਲ ਘਟ ਹੁੰਦਾ ਤੇ ਜਦੋਂ ਉਹ ਕਲਕੱਤੇ ਰਹਿੰਦੇ ਹੁੰਦੇ ਸੀਗੇ ਤੇ ਜਦੋਂ ਉਹਨਾਂ ਨੇ ਇੱਥੇ ਪੰਜਾਬ ਆਉਣਾ ਤਾਂ ਉਹਨਾਂ ਨੇ ਕਦੇ ਸਾਨੂੰ ਫਲਾਣਾ ਰੋਲ ਬਣਾ ਕੇ ਦੇ ਦੇਣਾ ਇੱਕ ਵੀ ਚੀਜ਼ ਉਹ ਬਾਰੋਂ ਨਹੀਂ ਸੀ ਲੈ ਕੇ ਆਉਂਦੇ ਹੁੰਦੇ ਉਹਨਾਂ ਨੇ ਰੋਟੀਆਂ ਬੇਲਣੀਆਂ ਰੋਟੀਆਂ ਬੇਲ ਕੇ ਉਹਨਾਂ ਨੇ ਉੱਤੇ ਸਾਨੂੰ ਸਲਾਦ ਸਲੂਜੀਆਂ ਪਾ ਕੇ ਦੇ ਦੇਣਾ ਸਾਨੂੰ ਉਹੀ بڑا ਸਵਾਲ ਲੱਦਾ ਹੁੰਦਾ ਸੀ ਨਾ ਸੋ ਇਹ ਜੇ ਟਾਂਸ ਮੇਨ ਲੱਗਦਾ ਕਿ ਹੁਣ ਆਪਾਂ ਘਟ ਕਰਨ ਲੱਗੇ ਆਪਾਂ ਨੂੰ ਐ ਹੁੰਦਾ ਕਿ 250 ਰੁਪਏ ਦਾ ਰਹਿ ਸਭੇ ਤਾਂ ਵੱਢ ਲਿਆ ਹੋਊਗਾ ਨਾ ਵੀ ਉਹ ਖਾ ਲਉ ਤੇ ਕਿਹੜਾ ਘਰੇ ਮੱਥਾ ਮਾਰੂਗਾ ਨਾ ਹਰੀ ਗਲਤੀਆਂ ਨਹੀਂ ਸਾਡੀਆਂ ਨਾ ਸੋ ਪ੍ਰੋਗਰਾਮ ਗਲਤੀ ਗਲਚ ਇਹ ਵਿਸ਼ਾ ਜੇ ਅਸੀਂ ਬੜਾ ਹੀ ਪਹਿਲਾਂ ਸੋਚ ਰਹੇ ਸੀ ਕਿ ਕਿਹੜੇ ਵਿਸ਼ੇ ਦੇ ਉੱਪਰ ਗੱਲ ਕਰੀਏ ਤਕਰੀਬਨ 150 ਪ੍ਰੋਗਰਾਮ ਹੋ ਗਿਆ ਤੇ ਕਈ ਵਾਰ ਇਹ ਹੁੰਦਾ ਕਿ ਹੁਣ ਕਿਹੜੇ ਵਿਸ਼ੇ ਤੇ ਗੱਲਬਾਤ ਕਰੀਏ ਤੇ ਇਹ ਵਿਸ਼ਾ ਸਾਨੂੰ ਸਰ ਵੀ ਨੇ ਕਿਹਾ ਸੀਗਾ ਕਿ ਇਸ ਵਿਸ਼ੇ ਤੇ ਤੁਸੀਂ ਗੱਲਬਾਤ ਕਰੋ ਵੀ ਕਈ ਵਾਰ ਬੰਦਾ ਕਹਿੰਦਾ ਕਿ ਮੈਂ ਤਾਂ ਖਾਣਾ ਵੀ ਕਰਦਾ ਆਂ ਬਾਹਰੋਂ ਵੀ ਨਹੀਂ ਖਾਂਦਾ ਫਿਰ ਵੀ ਮੈਂ ਵਾਰ-ਵਾਰ ਬਿਮਾਰ ਕਿਉਂ ਹੋ ਜਾਂਦਾ ਉਹ ਕਹਿੰਦੇ ਫਿਰ ਸਾਨੂੰ ਉੱਤੇ ਧਿਆਨ ਦੇਣ ਦੀ ਲੋੜ ਆ ਵੀ ਜਿਹੜੀਆਂ ਚੀਜ਼ਾਂ ਅਸੀਂ ਕਰੇ ਵੀ ਖਾ ਰਹੇ ਹਾਂ ਕਿ ਉਹਨਾਂ ਨੂੰ ਬਣਾਉਣ ਦਾ ਢੰਗ ਸਹੀ ਆ ਜਾਂ ਜਿਹੜੀਆਂ ਚੀਜ਼ਾਂ ਅਸੀਂ ਬਣਾ ਕੇ ਸਬਜ਼ੀਆਂ ਖਾ ਰਿਆਂ ਕਿ ਉਹ ਪਿਓਰ ਨੇ ਆਰਗੈਨਿਕ ਨੇ ਤੇ ਜੇ ਨਹੀਂ ਵੀ ਹੈਗੀਆਂ ਤਾਂ ਮੈਨੂੰ ਲੱਗਦਾ ਜਿੱਥੇ ਆਪਾਂ ਇੰਨੀ ਨਹੀਂ ਦੂਰ ਘੁੰਮਣ ਚਲੇ ਜਾਂਦੇ ਆ ਇੰਨੀ ਨਹੀਂ ਦੂਰੋਂ ਸੀ ਚੀਜ਼ਾਂ ਲੱਭ ਕੇ ਉਹਨਾਂ ਨੂੰ ਖਰੀਦ ਕੇ ਲੈ ਕੇ ਆਉਨੇ ਆ ਤਾਂ ਮੈਨੂੰ ਲੱਗਦਾ ਕਿ ਵਧੀਆ ਖਾਣਾ ਵੀ ਅਸੀਂ ਲੱਭ ਕੇ ਖਰੀਦ ਕੇ ਖਾ ਸਕਦੇ ਆ ਤੇ ਥੋੜੀ-ਥੋੜੀ ਕੋਸ਼ਿਸ਼ ਤਾਂ ਮੈਨੂੰ ਲੱਗਦਾ ਕਿਸੇ ਦੇ ਲਈ ਨਹੀਂ ਇਹ ਤਾਂ ਆਪਣੇ ਆਪ ਦੇ ਲਈ ਆ ਹਨਾ ਆਪਣੇ ਆਪ ਲਈ ਸਾਨੂੰ ਜ਼ਰੂਰ ਕਰਨੀ ਚਾਹੀਦੀ ਆ ਤੇ ਰਸੋਈਆਂ ਸਾਡੀਆਂ ਥੋੜਾ ਜਿਹਾ ਪੁਰਾਣੀ ਵਾਲੀਆਂ ਜਿਹੜੀਆਂ ਚੀਜ਼ਾਂ ਆਉਂਦੀਆਂ acharan ਬਣਾਉਣ ਦੇ ਢੰਗ ਜਾਂ ਭਾਂਡੇ ਜਿਹੜੇ ਨੇਗੇ ਜਿਹੜੇ ਸਾਡੇ ਬਜ਼ੁਰਗ ਵਰਤਦੇ ਸੀਗੇ ਉਹ ਆ ਜਾਣ ਤਾਂ ਮੈਨੂੰ ਲੱਗਦਾ ਕਿ ਕਾਫੀ ਹੱਦ ਤੱਕ ਆਪਾਂ ਸਿਹਤਮੰਦ ਜ਼ਿੰਦਗੀ ਜੀ ਸਕਦੇ ਹਾਂ ਸੋ ਅੱਜ ਦੇ ਐਪੀਸੋਡ ਚ ਇੰਨਾ ਹੀ ਮੈਨੂੰ ਗੁਰਦੀਪ ਨੂੰ ਪੈਣ ਰੁਪਿੰਦਰ ਨੂੰ ਫਿਲਹਾਲ ਦੇ ਲਈ ਇਜਾਜ਼ਤ ਦੇ ਦਿਓ ਆਪਾਂ ਫਿਰ ਮਿਲਦੇ ਹਾਂ ਸੱਚੀ ਕਾਮ